ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ 550 ਸਾਲਾ ਜਿਹੜੇ ਸਮਾਗਮ ਨੇ ਉਹ ਇਸ ਵਾਰੇ ਮਨਾਏ ਜਾਣੇ ਨੇ ਤੇ ਜਦੋਂ ਇਹ ਸਮਾਗਮ ਸਾਰੀ ਦੁਨੀਆ ਵਿੱਚ ਮਨਾਏ ਜਾਣੇ ਚਾਹੀਦੇ ਨੇ ਉਸ ਮੌਕੇ ਜੋ ਕੁਝ ਪੰਥਕ ਤੌਰ ਤੇ ਦੇਖਣ ਨੂੰ ਮਹਿਸੂਸ ਕਰਨ ਨੂੰ ਮਿਲ ਰਿਹਾ ਉਹਦੇ ਵਿੱਚ ਕੋਈ ਉਤਸ਼ਾਹ ਵਾਲੀ ਗੱਲ ਨਹੀਂ ਉਲਟਾ ਉਹਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਔਕੇਜੀ ਸਥਿਤੀ ਪੈਦਾ ਹੋ ਰਹੀ ਆ ਕਿਉਂਕਿ ਐਂਉਂ ਲੱਗਦਾ ਜਿਵੇਂ ਮਿੱਥ ਕੇ ਇਸ ਤਰੀਕੇ ਨਾਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਕਿ ਸਿੱਖਾਂ ਦੀ ਚੜ੍ਹਦੀ ਕਲਾ ਤਾਂ ਹੋਵੇ ਨਾ ਉਲਟਾ ਸਿੱਖਾਂ ਦੇ ਘਰਾਂ ਵਿੱਚ ਸਿੱਖਾਂ ਦੇ ਮਨਾਂ ਵਿੱਚ ਸਿੱਖ ਸਮਾਜ ਵਿੱਚ ਇੱਕ ਨਿਰਾਸ਼ਤਾ ਇੱਕ ਹੀਣ ਭਾਵਨਾ ਹੋਰ ਵੱਧ ਜਵੇ ਜਿਹੜੀ 550 ਸਾਲ ਪਹਿਲਾਂ ਗੁਰਨਾਨਕ ਪਾਤਸ਼ਾਹ ਨੇ ਸਿੱਖ ਸੰਧਾਤ ਦੀ ਸਿੱਖ ਸਮਾਜ ਦੀ ਸਿੱਖ ਆਦਰਸ਼ ਦੀ ਸਿਰਜਣਾ ਕੀਤੀ ਸੀ ਜੋ ਗੁਰਨਾਨਕ ਪਾਤਸ਼ਾਹ ਨੇ ਸੋਚਿਆ ਸੀ ਕਿ ਇੱਕ ਇਹੋ ਜਿਹਾ ਮਨੁੱਖ ਕੜਨਾ ਉਸ ਮਨੁੱਖ ਦੀ ਸਿਰਜਣਾ ਉਸ ਮਨੁੱਖ ਦੀ ਘਾੜਤ ਕੜਨ ਬਾਰੇ ਜੋ ਕੁਝ ਪਿਛਲੀਆਂ ਸਦੀਆਂ ਵਿੱਚ ਹੋਇਆ ਉਹ ਸਾਰੇ ਕਾਸੇ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਂਦਿਆਂ ਹੋਏ ਆ ਸਿੱਖਾਂ ਨੂੰ ਕਰਮ ਕਾਂਢੀ ਸਿੱਖਾਂ ਨੂੰ ਬਹਿਮਾ ਭਰਮਾ ਬ੍ਰਾਹਮਣਵਾਦੀ ਕਰਮਾਂ ਚ ਫਸਾ ਕੇ ਸਿੱਖਾਂ ਨੂੰ ਮੂਰਤੀ ਪੂਜਾ ਤੇ ਹੋਰ ਪਖੰਡਾਂ ਵਿੱਚ ਫਸਾ ਕੇ ਇੱਕ ਇਹੋ ਜਿਹਾ ਗਲਤ ਜਿਹੜਾ ਸਨੇਹਾ ਉਹ ਦੇਣ ਦੇ ਯਤਨ ਹੋ ਰਹੇ ਆ ਜਿਦੇ ਨਾਲ ਮਤਲਬ ਬਾਅਦ ਵਿੱਚ ਖਾਲਸਾ ਪੰਥ ਇਹ ਕਵੇ ਕਿ ਇਹਦੇ ਨਾਲੋਂ ਤਾਂ ਇਹ ਸ਼ਤਾਬ ਦੀ ਨਾਮ ਰਾਈ ਜਾਂਦੀ ਤਾਂ ਵਧੀਆ ਸੀ ਅੱਜ ਦੇ ਮਾਹੌਲ ਵਿੱਚ ਜਦੋਂ ਕਿ ਆਪਾਂ ਬੱਚਾ-ਬੱਚਾ ਜਾਣਦਾ ਖਾਲਸਾ ਪੰਥ ਦਾ ਕਿ ਕਿਹੜੀਆਂ-ਕਿਹੜੀਆਂ ਧਿਰਾਂ ਜੜੀਆਂ ਨੇ ਉਹਨਾਂ ਨੇ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨਾਲ ਇੱਕ ਦੁਸ਼ਮਣੀ ਤੇ ਇੱਕ ਸ਼ਰੀਕੇ ਦੀ ਭਾਵਨਾ ਰੱਖੀ ਹੋਈ ਹੈ ਤੇ ਜਿਹੜੀ ਉਹ ਦੁਸ਼ਮਣੀ ਤੇ ਸ਼ਰੀਕੇ ਦੀ ਭਾਵਨਾ ਰੱਖਣ ਵਾਲੀਆਂ ਧਿਰਾਂ ਨੇ ਧੜੇ ਨੇ ਉਹ ਸਾਰੇ ਲਕੀਰ ਦੇ ਪਰਲੇ ਪਾਸੇ ਖੜੇ ਆ ਇੱਕ ਪਾਸੇ ਪੰਥ ਪ੍ਰਸਤ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਪਿਆਰ ਕਰਦੇ ਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਹਰ ਉਸ ਚੀਜ਼ ਦੇ ਨਿਸ਼ਾਨੇ ਤੇ ਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀਏ ਸੋਚ ਵਿਚਾਰ ਨਾਲ ਦੁਸ਼ਮਣੀ ਕਮਾਉਂਦੀ ਹੈ। ਉਹ ਪਿਛਲੀਆਂ ਸਦੀਆਂ ਦੇ ਵਿੱਚ ਜਿੰਨੇ ਵੀ ਹਮਲੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਉੱਤੇ ਹੋਏ ਨੇ ਜਾਂ ਗੁਰੂ ਨਾਨਕ ਸਾਹਿਬ ਜੀ ਦੇ پیرੋਕਾਰਾਂ ਉੱਤੇ ਹੋਏ ਨੇ ਉਹਨਾਂ ਦੇ ਪਿੱਛੇ ਸਿੱਧੀ ਜਾਂ ਅਸਿੱਧੀ ਬ੍ਰਾਹਮਣਵਾਦ ਦੀ ਜਿਹੜੀ ਆ ਉਹ ਸਹਿ ਜਾਂ ਸਮਰਥਨ ਲਾਜ਼ਮੀ ਰਿਹਾ। ਹੁਣ ਉਹੀ ਬ੍ਰਾਹਮਣਵਾਦ ਜਿਹੜਾ ਹੈ ਉਹ ਹਿੰਦੂ ਸਾਮਰਾਜ ਬਣ ਕੇ 1947 ਤੋਂ ਬਾਅਦ ਇਸ ਖਿੱਤੇ ਵਿੱਚ ਜਿੱਥੇ ਅਸੀਂ ਵਸਦੇ ਹਾਂ ਜਿੱਥੇ ਪੰਜਾਬ ਆ ਸਾਡਾ ਜਿੱਥੇ ਸਿੱਖ ਹੋਮ ਲੈਂਡ ਆ ਸਾਡਾ ਇਸ ਖਿੱਤੇ ਵਿੱਚ ਉਹ ਛਾਇਆ ਹੋਇਆ ਤੇ ਅੱਜ ਭਾਰਤੀ ਸਟੇਟ ਦਾ ਸਾਰਾ ਜਿਹੜਾ ਜੋਰ ਆ ਉਹ ਇਸ ਗੱਲ ਤੇ ਲੱਗਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ ਬ੍ਰਾਹਮਣਵਾਦੀ ਵਿਆਖਿਆ ਕਰਨੀ ਕਰਾਉਣੀ ਆ ਤੇ ਸਿੱਖਾਂ ਨੂੰ ਕਿ ਅਸਾਧਾਰੀ ਹਿੰਦੂ ਜਿਹੜਾ ਹੈਗਾ ਉਹ ਸਾਬਤ ਕਰਨਾ ਅਸੀਂ ਜਾਣਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਵੀ ਸਿੱਖਾਂ ਦੀ ਵੱਖਰੀ ਹੋਣ ਦੀ ਹਸਤੀ ਨੂੰ ਮਾਨਤਾ ਦੇਣ ਦੀ ਬਜਾਏ ਸਿੱਖਾਂ ਨੂੰ Hindu ਲਿਖਿਆ ਗਿਆ ਤੇ ਜਿਹੜੇ ਭਾਰਤ ਦੇ ਵਿੱਚ ਜਿੰਨੇ ਨਿਜਮ ਜਿੰਨੇ ਕਾਨੂੰਨ ਨੇ ਉਹਨਾਂ ਵਿੱਚ ਵੀ ਸਿੱਖਾਂ ਨੂੰ Hindu ਲਿਖਿਆ ਹੋਇਆ ਜਿਹੜੇ Hindu adoption ਲਾਇਆ ਜਾਂ Hindu property ਲਾਇਆ ਜਾਂ Hindu marriage act ਵਾ ਜਾਂ ਹਿੰਦੂਆਂ ਵਾਲੇ ਹੋਰ ਕਾਨੂੰਨ ਨੇ ਉਹੀ ਸਿੱਖਾਂ ਉੱਤੇ ਮੜੇ ਹੋਏ ਨੇ ਸਿੱਖਾਂ ਦੇ ਉੱਤੇ ਜੇਕਰ ਜੇ ਅੱਜ ਆਨੰਦ ਕਾਰਜੋ ਆ ਐਕਟ ਬਣਿਆ ਇਹਦੇ باوجود ਵੀ ਇੱਥੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਇਹੋ ਜਿਹੇ ਜਿਹੜੇ ਸਰਟੀਫਿਕੇਟ ਨੇ ਜਿਹੜੇ ਸਿੱਖਾਂ ਨੂੰ ਇਹ ਕਹਿ ਕੇ ਲੈਣੇ ਪਏ ਜਿਹਦੇ ਉੱਤੇ ਲਿਖਿਆ ਹੋਇਆ ਕਿ ਇਹ ਜਿਹੜਾ ਵਿਆਹ ਹੈ ਹਿੰਦੂ ਰੀਤੀ ਅਨਸਾਰ ਹੋਇਆ ਹੈ ਅਮਰਤਧਾਰੀਆਂ ਦੇ ਵਿਆਹਾਂ ਦੇ ਸਰਟੀਫਿਕੇਟ ਆ ਜਿਹੜੇ ਉਹ ਵੀ ਇਹ ਕਹਿ ਕੇ ਦਿੱਤੇ ਗਏ ਕਿ ਇਹ ਆਨੰਦ ਕਾਰਜ ਜਾਂ ਆਨੰਦ ਕਾਰਜ ਤਾਂ ਲਿਖਦੇ ਨਹੀਂ ਇਹ ਲਿਖਦੇ ਆ ਕਿ ਇਹ ਜਿਹੜਾ ਵਿਆਹ ਇਹ ਹਿੰਦੂ ਰੀਤੀ ਅਨਸਾਰ ਹੋਇਆ ਔਰ ਇਸ ਚੀਜ਼ ਨੂੰ 1947 ਤੋਂ ਸਿੱਖ ਕਲਪਦੇ ਰਹੇ ਸੇਕਰੋਲਾ ਪਾਉਂਦੇ ਰਹਿ ਪਰ ਕਿਸੇ ਨੇ ਨਹੀਂ ਸੁਣੀ। ਤੋਂ ਇੱਕ ਲਗਾਤਾਰ ਇਹੋ ਜਿਹਾ ਹੈ ਬੰਦੇ ਇਹੋ ਜੀਆਂ ਧਿਰਾਂ ਦੇ ਧੜੇ ਸਰਗਰਮ ਕੀਤੇ ਗਏ ਜਿਨ੍ਹਾਂ ਦਾ ਨਿਸ਼ਾਨਾ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਟਾਰਗੇਟ ਕਰਨਾ ਰਿਹਾ। ਇਹੋ ਜੀਆਂ ਧਿਰਾਂ ਤੇ ਧੜੇ ਬੜੇ ਨਿਗੇ। ਜਿਵੇਂ ਅੱਜ ਕੱਲ ਇੱਕ ਚਰਚਾ ਆ ਚਾ ਗੱਲ ਵੀ ਜਿਹੜਾ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਉਹਦੇ ਵਿੱਚ ਜਿਹੜੇ ਨਕਰੀਨ ਰੰਕਕਾਰੀਏ ਜਿਨ੍ਹਾਂ ਨੂੰ ਨਰਕ ਭਾਰੀਏ ਪੰਥ ਕਹਿੰਦਾ ਜਿਨ੍ਹਾਂ ਨੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਦੀ ਧਰਤੀ ਉੱਤੇ ਸਿੱਖਾਂ ਦਾ ਜਿਹੜਾ ਸੀਗਾ ਐਡਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਸੀਗਾ ਵੀ ਉਹਨਾਂ ਨੂੰ ਸੱਦਾ ਪੱਤਰ ਦੇਣ ਦੀਆਂ ਗੱਲਾਂ ਚੱਲ ਰਹੀਆਂ ਨੇ ਇਵੇਂ ਹੀ ਡੇਰਾ ਬਿਆਸ ਵਾਲਿਆਂ ਦੀ ਚਰਚਾ ਹੋ ਰਹੀ ਆ ਵੀ ਉਹਨਾਂ ਨੂੰ ਸੱਦਣਾ ਤੇ ਪੰਥ ਵਿੱਚ ਤਾਂ ਇਹ ਵੀ ਹੁਣ ਫਿਰ ਕਨਸੋਆ ਜਿਹੜੀਆਂ ਸੀਗੀਆਂ ਉਹ ਚੱਲਣੀਆਂ ਹੀ ਸੀਗੀਆਂ ਚਰਚਾ ਚੱਲਣੀ ਹੋਈ ਸੀਗੀ ਕਿ ਇਹ ਦੋਨੇ ਧਿਰਾਂ ਜਿਹੜੀਆਂ ਸਿੱਧਮ ਸਿੱਧੇ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਨਾਲ ਦੁਸ਼ਮਣੀ ਦੀ ਭਾਵਨਾ ਰੱਖਦੀਆਂ ਉਲਟਾ ਇਹ ਗੁਰੂ ਘਰ ਦੇ ਵਿੱਚ ਸ਼ਰੀਕੇ ਦੀ ਭਾਵਨਾ ਰੱਖਣ ਵਾਲੀਆਂ ਧਿਰਾਂ ਨਹਿਗੀਆਂ ਇਹ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਇਹ ਸਿੱਖਾਂ ਨੂੰ ਦੇਹਤਾਰੀ ਗੁਰੂ ਰੰਮ ਦੇ ਮੱਕੜ ਜਾਲ ਚ ਫਸਾ ਕੇ ਸਿੱਖਾਂ ਨੂੰ ਕਰਮਕਾਂਢੀ ਤੇ ਬ੍ਰਾਹਮਣਵਾਦੀ ਸੋਚ ਦਾ ਝੰਡਾ ਚੁਕਾ ਕੇ ਸਿੱਖਾਂ ਦਾ ਮਲਿਆ ਮੇਟ ਕਰਨ ਵਾਲਾ ਜਿਹੜਾ ਪ੍ਰੋਜੈਕਟ ਵਾ ਉਹਦੇ 'ਚ ਇਹ ਯੋਗਦਾਨ ਪਾਉਣ ਲਈ ਹਿੰਦੂ ਸਾਮਰਾਜ ਦਾ ਜਾਂ ਆਰਐਸਐਸ ਦਾ ਜਿਹੜਾ ਹੈਗਾ ਹੱਥ ਵਟਾਉਣ ਵਾਲੀਆਂ ਧਿਰਾਂ ਲੱਗੀਆਂ ਇਹ ਤਾਂ ਪਰ ਗੱਲ ਇਕੱਲੀ ਇਹ ਨਹੀਂ ਹੈਗੀ ਕਿ ਇਹਨਾਂ ਨੇ ਨਰਕਧਾਰੀਆਂ ਨੂੰ ਜਾਂ ਡੇਰਾ ਅਭਿਆਸ ਵਾਲਿਆਂ ਨੂੰ ਸੱਦਣਾ ਸਾਫ ਦਿਖ ਰਿਹਾ ਹੈਗਾ ਕਿ ਡੇਰਾ ਬਿਆਸ ਨਾਲ ਜਿਹੋ ਜਿਹੇ ਤਾਲਮੇਲ ਹੈਗਾ ਇਨਾਂ ਸਿਆਸੀ ਲੋਕਾਂ ਦਾ ਜਿਹੜੇ ਇਸ ਟਾਈਮ ਸਿੱਖਾਂ ਦੇ ਸਾਰੇ ਮਸਲਿਆਂ ਨੂੰ ਫੜੀ ਫਿਰਦੇ ਆ ਉਹਨਾਂ ਦੇ ਤਾਲਮੇਲ ਡੇਰਾ ਬਿਆਸ ਨਾਲ ਵੀ ਬੜੇ ਗੂੜੇ ਨੇ ਬਾਦਲਦਲ ਨਾਲ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡੇਰਾ ਬਿਆਸ ਦੇ ਸਬੰਧਾਂ ਬਾਰੇ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਉਹ ਡੇਰਾ ਬਿਆਸ ਵਾਲਿਆਂ ਨੂੰ ਵੀ ਉਹ ਜਿੰਮੇ ਸੱਦ ਸਕਦੇ ਆ ਤਾਂ ਡੇਰਾ ਸਰਸਾਂ ਨੂੰ ਵੀ ਸੱਦ ਸਕਦੇ ਆ ਨੂਰ ਮਹਿਲ ਵਾਲੇ ਡੇਰੇ ਦੇ ਪ੍ਰਤੀਨਿਧਾਂ ਨੂੰ ਵੀ ਸੱਦਿਆ ਜਾ ਸਕਦਾ ਭਨਿਆਰੇ ਵਾਲੇ ਦੇ ਵੀ ਸੱਦਿਆ ਜਾ ਸਕਦਾ ਤੇ ਜਿਹੜੇ ਕੂਕੇ ਨੇ ਭਣੀ ਵਾਲੇ ਜਿਹੜੇ ਦੇਹਤਾਰੀ ਗੁਰੂ ਦੰਮ ਨੂੰ ਪਿਛਲੀਆਂ ਕਈ ਸਦੀਆਂ ਤੋਂ ਚੱਕੀ ਫਿਰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਨੇ ਉਹਨਾਂ ਨੂੰ ਵੀ ਸੱਦਿਆ ਜਾ ਸਕਦਾ ਤੇ ਇਹੋ ਜ ਹੈ ਸਿੱਖੀ ਦੇ ਹੋਰ ਜਿੰਨੇ ਵੀ ਉਲਟ ਚੱਲਣ ਵਾਲੇ ਡੇਰੇ ਨੇ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਸੱਦਿਆ ਜਾ ਸਕਦਾ ਜੈਸ ਮਨੋਰ ਲਾਲ ਖੱਟੜ ਨੌਂ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਨਾ ਕਰ ਦਿੱਤੀ ਸੀ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਫੋਟੋ ਲੱਗਿਆ ਹੋਇਆ ਸੀ ਉਸ ਬੰਦੇ ਨੂੰ ਤਾਂ ਉਹਦੀ ਪਾਰਟੀ ਨੂੰ ਸੰਤ ਭਿੰਡਰਾਂ ਵਾਲੇ ਜਿਹੜੇ ਆਹੋ ਏਨੇ ਜਿਆਦਾ ਬੁਰੇ ਲੱਗੇ ਕਿ ਉਹਨੇ ਉਸ ਗੁਰਦੁਆਰੇ 'ਚ ਜਾਣ ਤੋਂ ਨਾ ਕਰਤੀ ਤੇ ਉਸ ਖੱਟੜ ਕੋਲੇ ਜਾ ਕੇ ਉਹਨੂੰ ਸੱਦਾ ਪੱਤਰ ਦੇ ਕੇ ਆਏ ਨੇ ਕਿ ਤੁਸੀਂ ਵੀ ਇਸ ਸਮਾਗਮ ਵਿੱਚ ਪਹੁੰਚੋ ਏਵੇਂ ਹੀ ਜਿਹੜੀ ਆਰਐਸਐਸ ਵਾ ਜਾਂ ਭਾਜਪਾ ਹੈਗੇ ਆ ਜਾਂ ਮੋਦੀ ਹੁਣੀ ਆ ਇਹਨਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਨੇ ਹੁਣ ਤੱਕ ਅਸੀਂ ਇਹੀ ਨੋਟ ਕਰ ਰਹੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ਾਂ ਨੂੰ ਪ੍ਰਣਾਏ ਹੋਏ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੇ ਪਹਿਰਾ ਦਿੰਦਿਆਂ ਹੋਇਆਂ ਕਾਹਲਣਾਵਾਂ ਕਾਹਲਣ ਵਾਲੇ ਜਾਂ ਜਿੰਨਾ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੋਚ ਨੂੰ ਏਜੰਡੇ ਨੂੰ ਆਪਦੇ ਜੀਵਨ ਚ ਲਾਗੂ ਕਰਕੇ ਕਾਹਲਣਾ ਕਾਲੀ ਆ ਉਹਨਾਂ ਵਿੱਚੋਂ ਤਾਂ ਕਦੇ ਕਿਸੇ ਨੂੰ ਸੱਦਿਆ ਕਰਿਆ ਨਹੀਂ ਇਹਨਾਂ ਨੇ ਪਰ ਪ੍ਰਬੰਧਕਾਂ ਨੇ ਬੜੇ ਸ਼ਾਜਸ਼ਾਨਾ ਤਰੀਕੇ ਦੇ ਨਾਲ ਹਰ ਉਸ ਧਿਰ ਹਰ ਉਸ ਧੜੇ ਹਰ ਉਸ ਵਿਅਕਤੀ ਨੂੰ ਇਹ ਇਸ ਸਮਾਗਮ ਵਿੱਚ ਸੱਦਾ ਪੱਤਰ ਦੇਣਾ ਸ਼ੁਰੂ ਕੀਤਾ ਹੋਇਆ ਜਿਹੜੇ ਜਿਹੜੇ ਗੁਰਨਾਨਕ ਦੇਵ ਜੀ ਦੇ ਮਿਸ਼ਨ ਦੇ ਬਿਲਕੁਲ ਕੱਟੜ ਵਿਰੋਧੀ ਉਲਟ ਲੋਕ ਨੇਗੇ। ਔਰ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇਗੇ ਇਹਨਾਂ ਦਾ ਨੀਤੀ ਨਿਸ਼ਾਨਾ ਇੱਕ ਹੀ ਆ। ਜਿਹੜਾ ਆਰਐਸਐਸ ਜਿਸ ਤਰੀਕੇ ਨਾਲ ਸਿੱਖਾਂ ਦੀ ਵੱਖਰੀ ਹੋਣ ਦੀ ਹਸਤੀ ਤੋਂ ਅਨਕਾਰੀ ਆ। ਜਿਸ ਤਰੀਕੇ ਨਾਲ ਗੁਰੂ ਸਾਹਿਬਾਨ ਦੇ ਖਿਲਾਫ ਉਹਨਾਂ ਦੇ ਵਿਚਾਰ ਨੇ ਉਹ ਇਹੋ ਜਿਹੀ ਸਾਰਾ ਇਹਨਾਂ ਬਾਕੀ ਪੰਥ ਦੋਖੀਆਂ ਦਾ ਰਹਿਣਾ ਮੈਂ ਮੋٹے ਤੌਰ ਤੇ ਇਹ ਚੀਜ਼ ਨੋਟ ਕੀਤੀ ਆ ਵੀ ਇਹ ਜਿੰਨੇ ਵੀ ਡੇਰੇ ਨੇ ਜਾਂ ਜਿੰਨੇ ਵੀ ਦੇਹਤਾਰੇ ਗੁਰੂ ਦੰਮ ਦੇ ਅੱਡੇ ਨੇ ਜਾਂ ਆਰਐਸਐਸ ਆ ਜਾਂ ਆਰੀਆ ਸਮਾਜ ਆ ਇਹ ਸਾਰੇ ਇੱਕ ਖਾਸ ਤਰ੍ਹਾਂ ਦਾ ਅਜੰਡਾ ਲੈ ਕੇ ਤੁਰੇ ਹੋਏ ਨੇ ਔਰ ਉਹ ਸਾਰਿਆਂ ਦੀਆਂ ਕੁਝ ਗੱਲਾਂ ਬਹੁਤ ਹੀ ਜ਼ਿਆਦਾ ਸਾਂਝੀਆਂ ਨੇ 1921 ਦਾ ਫਰਕ ਹੁੰਦਾ ਵਰਕਿੰਗ ਸਟਾਈਲ ਦਾ ਫਰਕ ਜਿਵੇਂ ਹੁਣ ਆਰਐਸਐਸ ਨੇ ਜੇਕਰ ਉਹਨੂੰ ਸੰਗ ਪ੍ਰਮੁੱਖ ਨੂੰ ਦੇਹਤਾਰੀ ਗੁਰੂ ਨਹੀਂ ਬਣਾਇਆ ਉਹਨਾਂ ਨੇ ਤਾਂ ਇੰਨਾ ਕੀ ਫਰਕ ਆ ਨਹੀਂ ਤਾਂ ਬਾੜਾ ਉਹਨਾਂ ਦਾ ਨਕਰੀਨ ਰਾਂਕਰੀਆਂ ਜਾਂ ਡੇਰਾ ਵ્યાਸ ਦੇ ਜਾਂ ਨੂਰ ਮਹਿਲ ਜਾਂ ਭਨਿਆਰੇ ਵਾਲੇ ਉਹੀ ਕੰਮ ਉਹਨਾਂ ਦਾ ਵਾ ਜਿਵੇਂ ਸਿੱਖੀ ਬਾਰੇ ਉਹ ਡੇਰੇ ਸੋਚਦੇ ਸੀ ਉਵੇਂ ਹੀ ਇਹ ਆਰਐਸਐਸ ਦਾ ਏਜੰਡਾ ਹੈਗਾ ਹੁਣ ਆਰੀਆ ਸਮਾਜ ਵੀ ਇਹੀ ਕੁਛ ਕਰਦਾ ਸੀ ਜਿਵੇਂ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਸਤਿਆਰਥ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਗੱਲਾਂ ਲਿਖੀਆਂ ਸੀ ਜਾਂ ਹੋਰ ਗ੍ਰੰਥਾਂ ਵਿੱਚ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਲੇਖਣ ਤੋਂ ਬਾਅਦ ਜਿਹੜਾ ਸਿੱਖੀ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਉਹਨਾਂ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਪਰ ਜਿਹੜਾ ਉਦੋਂ ਆਪਾਂ ਸਾਰਿਆਂ ਨੇ ਪੰਥ ਨੇ ਇਹ ਸਮਝਿਆ ਵੀ ਆਰੀਆ ਸਮਾਜ ਦਾ ਨੱਕ ਜਿਹੜਾ ਹੈਗਾ ਭੰਨ ਦਿੱਤਾ ਤੇ ਹੁਣ ਤਾਂ ਜੀ ਸਿੱਖ ਜਿਹੜੇ ਨੇ ਉਹ ਬੜੀ ਚੜ੍ਹਦੀ ਕਲਾ 'ਚ ਹੋ ਗਏ ਸਿੰਘ ਸਭਾ ਲਹਿਰ ਚੱਲ ਪਈ ਆ ਤੇ ਜਿਹੜਾ ਆਪਣਾ ਗੁਰਦੁਆਰਾ ਸੁਧਾਰ ਲਹਿਰ ਚੱਲ ਪਈ ਆ ਸਿੱਖੀ ਦੀ ਚੜ੍ਹਦੀ ਕਲਾ ਹੋ ਗਈ ਆ ਇਹ ਤਾਂ ਕੰਮ ਬਹੁਤ ਲੋਟ ਹੋ ਗਿਆ ਵਾ ਵੀ ਹੁਣ ਤਾਂ ਕੋਈ ਸਮੱਸਿਆ ਨਹੀਂ ਰਹੀ ਇਹ ਭਾਰਮ ਜਿਹੜਾ ਸੀ ਇਹ ਵਿਭੰਗ ਜਿਹੜਾ ਸੀਗਾ ਸਿੱਖਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੈ ਗਿਆ ਪਰ ਅਸਲ ਵਿੱਚ ਜਦੋਂ ਆਰੀਆ ਸਮਾਜ ਵਾਲਾ ਪ੍ਰੋਜੈਕਟ ਉਹਨਾਂ ਨੇ ਥੋੜਾ ਜਿਹਾ ਠੰਡਾ ਕੀਤਾ ਵਾ ਜਿਹੜਾ ਦਇਆਨੰਦ ਸੀਗਾ ਜਿਹਦੇ ਨਾਂ ਦੇ ਉੱਤੇ ਪੰਜਾਬ ਦੇ ਚੱਪੇ-ਚੱਪੇ ਉੱਤੇ ਸਕੂਲ ਕਾਲਜ ਖੁੱਲੇ ਹੋਏ ਨੇ ਇਸ ਸਾਧੂ ਦਇਆਨੰਦ ਨੂੰ ਸਵਾਮੀ ਦਇਆਨੰਦ ਨੂੰ ਜਿੱਦੇ ਨਾਲ ਉਤੇ ਡੀਏਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਗਿਆਨੀ ਦਿੱਤ ਸਿੰਘ ਨੇ ਤਿੰਨ ਵਾਰ ਬਹਿਸ ਵਿੱਚ ਹਰਾਇਆ ਪਰ ਅਫਸੋਸ ਦੀ ਗੱਲ ਆ ਕਿ ਖਾਲਸਾ ਪੰਥ ਨੇ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਤਾਂ ਓਵੇਂ ਵਿਦਿਅਕ ਅਦਾਰੇ ਖੋਲੇ ਨਹੀਂ ਪਰ ਜਿਹੜਾ ਇਸ ਧਰਤੀ ਤੋਂ ਹਰਾਇਆ ਹੋਇਆ ਬੰਦਾ ਉਹਨੂੰ ਨਾਇਕ ਬਣਾ ਕੇ ਸੁਆਮੀ ਦਯਾਨੰਦ ਨੂੰ ਥਾਂ-ਥਾਂ ਦੇ ਉੱਤੇ ਡੀਏਵੀ ਸਕੂਲ ਤੇ ਡੀਏਵੀ ਕਾਲਜ ਜਿਹੜੇ ਆ ਉਹ ਦੁਸ਼ਮਣ ਨੇ ਖੋਲ ਦਿੱਤੇ ਆ ਸੋ ਜਿਹੜਾ ਦਇਆਨੰਦ ਹੁਣਾ ਰਹੀਂ ਆਰੀਆ ਸਮਾਜ ਰਹੀਂ ਸਿੱਖੀ ਦੇ ਉਲਟ ਇੱਥੇ ਇੱਕ ਮਾਹੌਲ ਸਿਰਜਣ ਦੇ ਯਤਨ ਕੀਤੇ ਸੀ ਜਦੋਂ ਪੰਥ ਨੇ ਉਹਦਾ ਕਰਾਰਾ ਜਵਾਬ ਦੇਤਾ ਤਾਂ ਉਸੇ ਏਜੰਡੇ ਨੂੰ ਫਿਰ ਨਵੇਂ ਢੰਗ ਤਰੀਕੇ ਦੇ ਨਾਲ ਲਾਗੂ ਕਰਨ ਦੀ ਨੀਤ ਦੇ ਤਹਿਤ ਜਿਹੜਾ ਕੰਮ ਕੀਤਾ ਗਿਆ ਉਹਦੇ 'ਚ ਸਭ ਤੋਂ ਪਹਿਲਾਂ ਆਇਆ ਜਿਹੜਾ ਇਹ ਨਰਕ ਭਾਰੀਆਂ ਵਾਲਾ ਪ੍ਰੋਜੈਕਟ ਵਾ ਨਕਲੀ ਨਰੰਕਾਰੀਆਂ ਨੇ ਉਹੀ ਸਾਰਾ ਕੁਝ ਕੀਤਾ ਕੱਤਰਿਆ ਜਿਹੜਾ ਕੁਝ ਸਿੱਖੀ ਦੇ ਦੁਸ਼ਮਣ ਜਿਹੜੇ ਇਹ ਸੀਗੇ ਆਪਣੇ ਆਰਿਆ ਸਮਾਜ ਜੀ ਉਹ ਕਹਿੰਦੇ ਸੀ ਏਜੰਡਾ ਇੱਕ ਹੀ ਆ ਏਜੰਡਾ ਤੁਸੀਂ ਦੇਖ ਲਓ ਸਾਰਿਆਂ ਦਾ ਇੱਕ ਹੀ ਆ ਚਾਹੇ ਉਹ ਡੇਰਾ ਬਿਆਸ ਵਾਲਾ ਚਾਹੇ ਉਹ ਡੇਰਾ ਪੁਨੀਹਾਰੇ ਵਾਲਾ ਚਾਹੇ ਉਹ ਕੂਕੇ ਨੇ ਚਾਹੇ ਉਹ ਡੇਰਾ ਸਰਸਾ ਵਾਲਾ ਇਹ ਜਿਵੇਂ ਨਕਲੀ ਨਰੰਕਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਮੁੱਖ ਨਿਸ਼ਾਨਾ ਜਿਹੜਾ ਸੀ ਸਿੱਖਾਂ ਨੂੰ ਜਾਂ ਲੋਕਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨਾ ਸੀਗਾ ਤੇ ਦੇਹਤਾਰੀ ਗੁਰੂ ਧੰਮ ਦੇ ਜਾਲ ਵਿੱਚ ਫਸਾਉਣਾ ਸੀਗਾ ਵੀ ਜਿਹੜਾ ਇਹ ਸਾਡਾ ਨਰੰਕਰੀ ਪ੍ਰਮੁੱਖਵਾ ਇਹ ਉਹਨਾਂ ਗੁਰੂਆਂ ਦੇ ਬਰਾਬਰ ਆ ਤੁਸੀਂ ਗੁਰੂ ਸਹਿਬਾਨ ਵਾਂਗੂ ਹੀ ਇਹਨੂੰ ਮੱਥੇ ਟੇਕੋ ਇਹਦੀ ਪੂਜਾ ਅਰਚਨਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਹੈਗੀ ਹੁਣ ਤੁਹਾਨੂੰ ਇਹ ਜਿਹੜਾ ਨਕਲੀ ਨਰਕਰੀ ਪ੍ਰਮੁੱਖ ਵਾ ਇਹ ਜਿਹੜਾ ਹੈਗਾ ਇਹਦੇ ਨਾਲ ਜੋੜਨ ਦੀ ਲੋੜ ਆ ਇਹ ਜਿਹੜੀ ਪ੍ਰੋਜੈਕਟ ਚੱਲਿਆ ਇਹੀ ਬਾਕੀ ਜਿਹੜੇ ਬਹੁਤ ਸਾਰੇ ਵਿਅਕਤੀ ਬਹੁਤ ਸਾਰੀਆਂ ਧਿਰਾਂ ਬਹੁਤ ਸਾਰੇ ਧੜੇ ਸੰਸਥਾਵਾਂ ਬਹੁਤ ਸਾਰੇ ਰੁਝਾਨ ਤੇ ਵਰਤਾਰੇ ਇਹੀ ਕੁਝ ਕਰ ਰਹੇ ਨੇ ਕਿ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਔਰ ਇਹਨਾਂ ਸਾਰਿਆਂ ਦੇ ਮਗਰ ਹਿੰਦੂ ਸਾਮਰਾਜ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਆ ਬਿਨਾ ਭਾਰਤੀ ਖੁਫੀਆ ਏਜੰਸੀਆਂ ਤੋਂ ਅੱਗੇ ਨਹੀਂ ਵੱਧ ਸਕਦੀ ਸੋ ਭਾਰਤੀ ਖੁਫੀਆ ਏਜੰਸੀਆਂ ਹਿੰਦੂ ਸਾਮਰਾਜ ਦੇ ਏਜੰਡੇ ਤਹਿਤ ਪਿਛਲੇ ਲੰਬੇ ਹਰਸੇ ਤੋਂ ਨਕਲੀ ਨਰੰਕਾਰੀਆਂ ਤੇ ਹੋਰ ਜਿਹੜੇ ਡੇਰੇ ਨੇ ਜਾਂ ਦੇਹਤਾਰੀ ਗਰੂਡਾਂ ਆ ਜਾਂ ਹੋਰ ਬੜਾ ਕੁਝ ਆ ਆਰਐਸਐਸ ਵੀ ਉਹਦਾ ਇੱਕ ਹਿੱਸਾ ਉਸ ਸਿੱਖਾਂ ਨੂੰ ਸ਼ਬਦ ਗੁਰੂ ਦੇ ਤੋਂ ਤੋੜਨ ਦੇ ਲਈ ਯਤਨ ਹੋ ਰਹੇ ਨੇ ਨਕਲੀ ਨਰੰਕਾਰੀਆਂ ਨੇ ਜਿਵੇਂ ਖੰਡੇਵਾਟੇ ਦੀ ਪੋਹਲ ਛਕਣ ਦੇ ਖਿਲਾਫ ਗੱਲਾਂ ਲਿਖੀਆਂ ਸੀ ਕੀਤੀਆਂ ਸੀ ਜਿਵੇਂ ਅਮਰਤ ਛਕਣ ਬਾਰੇ ਲੋਕਾਂ 'ਚ ਭਰਮ ਪਾਏ ਸੀ ਤੇ ਜਿਵੇਂ ਉਹਨਾਂ ਨੇ ਸਿੱਖ ਧਰਮ ਦੀਆਂ ਜਿਹੜੀਆਂ ਸਾਡੀਆਂ ਰਵਾਈਤਾਂ ਨੇ ਪਰੰਪਰਾਵਾਂ ਨੇ ਸਾਡੇ ਸਰੋਵਰ ਨੇ ਜਾਂ ਹੋਰ ਸਾਡੀਆਂ ਗੱਲਾਂ ਨੇ ਉਹਨਾਂ ਦੇ ਖਿਲਾਫ ਜਿਹੜਾ ਸੀ ਮਾਹੌਲ ਤਿਆਰ ਕੀਤਾ ਸੀ ਉਹ ਓਵੇਂ ਦਾ ਓਵੇਂ ਬਾਕੀ ਵੀ ਸਾਰੇ ਕਰ ਰਹੇ ਨੇ ਅੱਜ ਕੱਲ੍ਹ ਟੈਲੀਵਿਜ਼ਨਾਂ ਦੇ ਉੱਤੇ ਜਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬਾਰਲੇ ਮੁਲਕਾਂ ਚ ਸੇਫਥਾਂ ਦੇ ਉੱਤੇ ਬਿਠਾ ਕੇ ਕੁਝ ਇਹੋ ਜਿਹੇ ਬੰਦੇ ਸਰਗਰਮ ਕੀਤੇ ਗਏ ਨੇ ਜਿਹੜੇ ਸਿੱਖਾਂ ਦੀ ਹਰ ਰਵਾਇਤ ਹਰ ਪਰੰਪਰਾ ਹਰ ਚੀਜ਼ ਨੂੰ ਓਵੇਂ ਟਾਰਗੇਟ ਕਰਦੇ ਨੇ ਜਿਵੇਂ ਕਿਸੇ ਵੇਲੇ ਇਹ ਜਿਹੜੇ ਨਖਰੀ ਨਰੰਕਾਰੀ ਸੀਗੀ ਇਹ ਕਰਦੇ ਹੁੰਦੇ ਸੀ ਜਿਹੜੀ ਕਿਤਾਬ ਬੈਨ ਹੋਈ ਜਾਂ ਜਿਹਦੇ ਖਿਲਾਫ ਪੰਥ ਨੇ ਬੜਾ ਵੱਡੇ ਪੱਧਰ ਤੇ ਰੋਸ ਜ਼ਾਹਰ ਕੀਤਾ ਸੀ ਅਵਤਾਰ ਬਾਣੀ ਜੇ ਕਿਸੇ ਨੇ ਉਹਦਾ ਪੜਿਆ ਹੋਵੇ ਤਾਂ ਉਹਨੂੰ ਇਹ ਸਾਫ਼ ਦਿਖੂਗਾ ਕਿ ਜਿਹੜਾ ਕੁਝ ਇਸ ਟਾਈਮ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੇ ਯੂਰਪ ਦੇ ਹੋਰ ਮੋਲਕਾਂ ਚੋ ਬਹਿ ਕੇ ਕਈ ਜਿਹੜੇ ਚੈਨਲਾਂ ਵਾਲੇ ਕਹਿ ਕਰ ਰਹੇ ਨੇ ਉਹੀ ਸਾਰਾ ਕੁਝ ਹੈਗਾ ਜਿਹੜਾ ਕੁਝ ਨਕਲੀ ਨਰਾਂਕਰੀਆਂ ਨੇ ਅਵਤਾਰ ਬਾਣੀ ਵਿੱਚ ਲਿਖਿਆ ਸੀ ਉਹਦਾ ਵੀ ਟੈਲੀਵਿਜ਼ਨ ਚੈਨਲਾਂ ਦਾ YouTube ਚੈਨਲਾਂ ਦੇ ਉੱਤੇ ਬੈਠੇ ਬੰਦਿਆਂ ਦਾ ਜਾਂ ਪੰਜਾਬ ਦੇ ਵਿੱਚ ਸਰਗਰਮ ਡੇਰਿਆਂ ਦਾ ਵੀ ਨਿਸ਼ਾਨਾ ਜਿਹੜਾ ਹੈਗਾ ਉਹ ਸਿੱਖ ਧਰਮਾਂ ਇਨਾਂ ਦਾ ਵੀ ਨਿਸ਼ਾਨਾ ਸਿੱਖ ਧਰਮਾ ਗੁਰੂ ਨਾਨਕ ਸਾਹਿਬ ਜੀ ਤੇ ਤੇ 10 ਗੁਰੂ ਸਹਿਬਾਨ ਦੇ ਖਿਲਾਫ ਮਾਹੌਲ ਤਿਆਰ ਕਰਨਾ ਸਾਰਿਆਂ ਦਾ ਮੁੱਖ ਨਿਸ਼ਾਨਾ ਜੇ ਅਵਤਾਰ ਬਾਣੀ ਦਾ 195 ਨੰਬਰ ਸਫਾ ਉਹਦੇ ਉੱਤੇ ਜੇ ਅਸੀਂ ਦੇਖੀਏ ਤਾਂ ਸਾਫ਼ ਤੌਰ ਦੇ ਉੱਤੇ ਗੁਰਵਾਣੀ ਦੇ ਖਿਲਾਫ ਖਿਆਲਤ ਭਰੇ ਹੋਏ ਨੇ ਕਿ ਜੋ ਜੋ ਹੁਕਮ ਕਰਨ ਕਰ ਵਾਲੇ ਉਹਦੇ ਅਮਲ ਕਰਾਇਆ ਮੈਂ ਰੇ ਰਾਸਤੇ ਸੁਖਮਣੀ ਨੂੰ ਦਿਲ ਵਿੱਚ ਖੂਬ ਵਸਾਇਆ ਮੈਂ ਸਮਝ ਕੇ ਇਸ ਨੂੰ ਕੰਮ ਧਰਮ ਦਾ ਗੁਰੂ ਦਵਾਰੇ ਜਾਂਦਾ ਸੀ ਦਿਲ ਵਿੱਚ ਪੂਰਨ ਸ਼ਰਧਾ ਰੱਖ ਕੇ ਆਪਣਾ ਸੀਸ ਝੁਕਾਂਦਾ ਸੀ ਇਹ ਸਾਰੀ ਜਿਹੜੀ ਕਵਤਾ ਜਿਹੇ ਲਿਖੀ ਹੋਈ ਆ ਇਹ ਸਾਰੀ ਕਵਤਾ ਇਸ ਤਰੀਕੇ ਨਾਲ ਲਿਖੀ ਹੋਈ ਆ ਕਿ ਪੜਨ ਵਾਲਾ ਜਿਹੜਾ ਬੰਦਾ ਔਰ ਐਰਾਸ ਅਤੇ ਨਿੱਤ ਨਿਯਮ ਦੇ ਖਿਲਾਫ ਉਹਦੇ ਮਨ ਵਿੱਚ ਖਿਆਲ ਪੈਦਾ ਹੋ ਜਾਣ। ਅੱਜ ਕੱਲ ਜਿਹੜੇ ਚੈਨਲਾਂ ਦੇ ਉੱਤੇ ਬੈਠੇ ਆ ਬੰਦੇ ਇਹ ਵੀ ਇਹੀ ਕੁਝ ਕਰ ਰਹੇ ਨੇ। ਉਹ ਵੀ ਬੜੇ ਸਲੀਕੇ ਨਾਲ, ਬੜੇ ਸਟਾਈਲ ਦੇ ਨਾਲ ਸਿੱਖ ਰੌ ਰੀਤਾਂ, ਸਿੱਖ ਰਵੈਤਾਂ ਦੇ ਖਿਲਾਫ ਇਸੇ ਤਰੀਕੇ ਨਾਲ ਸਿੱਖ ਬੱਚਿਆਂ ਦੇ ਮਨ ਵਿੱਚ ਉਲਟ ਖਿਆਲ ਭਰਨ ਲਈ ਲੱਗੇ ਹੋਏ ਨੇ। ਅੱਗੇ ਇੱਕ ਕਪਤਾ ਇਹ ਜੀ ਆ ਕਿ ਜਿਹੜੇ ਘਰ ਜਨਮ ਲਿਆ ਮੈਂ ਸੌਖਾ ਪੀਣਾ ਖਾਣਾ ਸੀ, ਗੁਰੂ ਨਾਨਕ ਦੇ ਮਨਣ ਵਾਲਾ ਸਿੱਖੀ ਧਰਮ ਘਰਾਣਾ ਸੀ। ਗੁਰਦੁਆਰੇ ਵਿੱਚ ਜਾ ਕੇ ਆਪਣਾ ਸੀਸ ਝੁਕਾਉਂਦੇ ਸੀ ਗੁਰਬਾਣੀ ਨੂੰ ਪਾਠ ਪੜ੍ਹਨਾ ਸੁਣਨਾ ਖੰਡ ਮਤਲਬ ਹਰ ਚੀਜ਼ ਜਿਵੇਂ ਅਵਤਾਰ ਬਾਣੀ ਦੇ ਵਿੱਚ ਟਾਰਗੇਟ ਕੀਤੀ ਗਈ ਸੀ ਉਵੇਂ ਦੀ ਉਵੇਂ ਹੀ ਇਸ ਟਾਈਮ ਜਿਹੜੇ ਬਹੁਤ ਸਾਰੇ ਚੈਨਲਾਂ ਵਾਲੇ ਨੇ ਉਹ ਕਰ ਰਹੇ ਤੇ ਮੈਨੂੰ ਸਾਫ਼ ਦਿਖ ਰਿਹਾ ਹੈਗਾ ਜਦੋਂ ਮੈਂ ਆ ਅਵਤਾਰ ਬਾਣੀ ਪੜ੍ਹਦਾ ਨਿਰੰਕਾਰੀਆਂ ਦੀ ਨਕਲੀ ਨਿਰੰਕਾਰੀਆਂ ਦੀ ਨਰਕਧਾਰੀਆਂ ਦੀ ਤਾਂ ਮੈਨੂੰ ਸਾਫ਼ ਇੱਕ ਸਮਵੇਲਤਾ ਦਿਖਦੀ ਆ ਕਿ ਉਹੀ ਕੁਝ ਉਹ ਟੀਵੀ ਚੈਨਲਾਂ ਦੇ ਉੱਤੇ ਥੋੜਾ ਜਿਹਾ ਭਾਰਤਕ ਦੇ ਰੂਪ ਵਿੱਚ ਗੱਲਾਂ ਬਾਤਾਂ ਦੇ ਰੂਪ ਵਿੱਚ ਕਹਿੰਦੇ ਆ ਇੱਥੇ ਅਵਤਾਰ ਬਾਣੀ ਵਿੱਚ ਇਹ ਚੀਜ਼ ਜਿਹੜੀ ਆ ਇਹ ਬੜੀ ਮਤਲਬ ਪੋਇਟਰੀ ਦੇ ਵਿੱਚ ਕਵਿਤਾ ਦੇ ਵਿੱਚ ਲਿਖੀ ਹੋਈ ਆ ਵੀ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਗੁਰਦੁਆਰੇ ਜਾਣਾ ਆਉਣਾ ਇੱਕ ਮਤਲਬ ਕਰਮ ਕਿਰਿਆ ਵਾ ਬਾਣੀ ਪੜ੍ਹਨੀ ਵੀ ਐਵੇਂ ਕੋਈ ਉਹਦਾ ਫਾਇਦਾ ਨਹੀਂ ਹੈਗਾ ਜਿਵੇਂ ਹੁਣ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਟਿਆਉਣ ਦੇ ਲਈ ਉਨੋਂ ਬਾਕੀ ਜਿਹੜੇ ਧਾਰਮਿਕ ਪੁਸਤਕਾਂ ਜਾਂ ਕਿਤਾਬਾਂ ਜਾਂ ਗ੍ਰੰਥ ਨੇ ਉਹਨਾਂ ਵਰਗਾ ਦਰਸਾਉਣ ਦੇ ਲਈ ਉਹ ਜਿਵੇਂ ਅਵਤਾਰ ਬਾਣੀ ਚ ਲਿਖਿਆ ਹੋਇਆ ਗ੍ਰੰਥਾਂ ਤੋਂ ਨਾ ਪਾਈ ਸੋਝੀ ਪੜ ਪੜ ਕੇ ਮੈਂ ਅੱਕ ਗਿਆ ਚੱਲ ਚੱਲ ਜਾਣਾ ਮੰਜ਼ਲ ਆਈ ਆਖਰ ਤਾਂ ਮੈਂ ਥੱਕ ਗਿਆ ਸੇਵਾ ਤੇ ਅਰਦਾਸੇ ਕਰ ਕਰ ਮਨ ਨਾ ਨਿਰਮਲ ਹੋ ਸਕਿਆ ਅਮਰਤ ਜਹੇ ਸਰਦਾ ਪਾਣੀ ਮੈਲ ਨਾਲ ਦਿਲ ਦੀ ਧੋ ਸਕਿਆ ਤਰਨ ਤਾਰਨ ਵਿੱਚ ਲਾਲਾ ਤਾਰੀ ਭਵ ਸਾਗਰ ਨਾਲ ਤਰ ਸਕਿਆ ਪੜ ਸੁਖਮਣੀ ਸੁਖ ਨਾਲ ਲੱਭਾ ਜੀ ਨਾ ਮੇਰਾ ਠਰ ਸਕਿਆ ਅਮ ਆਰਾਮ ਮਿਲਣ ਦੀ ਖਾਹਿਸ਼ ਲੈ ਕੇ ਪੁੱਛਿਆ ਸਾਧ ਫਕੀਰਾਂ ਨੂੰ ਸੰਤੋਖ ਗੁਰੂ ਅਵਤਾਰ ਨਾਲ ਲੱਭਾ ਕੀਤਾ ਕਈ ਤਦਵੀਰਾਂ ਨੂੰ ਇਹ ਜਿਹੜੀ ਸਾਰੀ ਕਵਤਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਪੜਨ ਵਾਲੇ ਦੇ ਮਨ ਵਿੱਚ ਨਫ਼ਰਤ ਭਰਨ ਦੇ ਲਈ ਉਹਦੇ ਖਿਲਾਫ ਖਿਆਲ ਪੈਦਾ ਕਰਨ ਦੇ ਲਈ ਲਿਖੀ ਗਈ ਆ ਅੱਗੇ ਚੱਲ ਕੇ ਚ ਸੇਵਾ ਕਰਨ ਨੂੰ ਜਿਹੜਾ ਸਾਡੇ ਧਰਮ ਦੇ ਵਿੱਚ ਜਦੋਂ ਵੀ ਕੋਈ ਬੰਦੇ ਨੂੰ ਮਨ ਉਦਾਸ ਹੋਵੇ ਜਾਂ ਕਿਸੇ ਕਿਸਮ ਦੀ ਉਹਨੂੰ ਔਕੜ ਆਉਂਦੀ ਆ ਤਾਂ ਬੰਦਾ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦਾ ਜਾਂ ਮਨ ਦੇ ਵਿੱਚ ਵੈਸੇ ਇੱਕ ਬੰਦੇ ਦੇ ਚਾ ਆਉਂਦਾ ਕਿ ਅੱਜ ਮੈਂ ਸਾਰਾ ਦਿਨ ਗੁਰਦੁਆਰਾ ਸਾਹਿਬ ਜਾ ਕੇ ਲੰਗਰ 'ਚ ਸੇਵਾ ਕਰੂੰਗਾ ਤੇ ਇਸ ਪੋਇਟਰੀ ਦੇ ਰਾਹੀਂ ਜਿਵੇਂ ਇਹਨੇ ਸੇਵਾ ਨੂੰ ਜਿਵੇਂ ਇਹਨੇ ਅਰਦਾਸਾਂ ਨੂੰ ਟਾਰਗੇਟ ਕੀਤਾ ਉਵੇਂ ਹੀ ਅੱਜਕੱਲ ਬੜੇ ਆਪ ਦੇ ਆਪ ਨੂੰ ਪ੍ਰਚਾਰਕ ਸਮਝਣ ਵਾਲੇ ਜਿਹੜੇ ਇਸੇ ਤਰ੍ਹਾਂ ਦਾ ਪ੍ਰਚਾਰ ਹੋਣ ਕਰਨ ਲੱਗੇ ਹੋਏ ਨੇ ਮੈਂ ਬੜਾ ਸਪਸ਼ਟ ਤੌਰ ਦੇ ਉੱਤੇ ਦੇਖ ਰਿਹਾ ਹੈਗਾ ਕਿ ਜਿਵੇਂ ਤਰਨ ਤਰਨ ਬਾਰੇ ਸੁਖਮਨੀ ਸਾਹਿਬ ਬਾਰੇ ਜਾਂ ਹੋਰ ਬਾਣੀਆਂ ਦੇ ਬਾਰੇ ਇਹ ਜਿਹੜੇ ਨਕਰੀਨ ਰੰਕਾਰੀਆਂ ਨੇ ਆਪਦੇ ਉਹਦੇ ਚ ਲਿਖਿਆ ਕਿਤਾਬ ਦੇ ਵਿੱਚ ਇਹੋ ਜਿਹਾ ਹੀ ਕੁਝ ਸਾਰ ਬਚਨ ਦੇ ਵਿੱਚ ਵਿਆਸ ਵਾਲਿਆਂ ਦਾ ਲਿਖਿਆ ਹੋਇਆ ਇਹੋ ਜਿਹਾ ਕੁਝ ਹੁਣ ਟੈਲੀਵਿਜ਼ਨਾਂ ਦੇ ਉੱਤੇ ਬੈਠ ਕੇ ਜਾਂ YouTube ਦੇ ਉੱਤੇ ਬੈਠ ਕੇ ਜਿਹੜੇ ਅੱਜ ਦੇ ਪ੍ਰਚਾਰਕ ਕਹਣ ਵਾਲੇ ਲੋਕ ਨੇ ਉਹ ਕਹਿਣ ਲੱਗੇ ਹੋਏ ਨੇ ਕਿ ਸੁਖਮਨੀ ਸਾਹਿਬ ਪੜ੍ਹਨ ਦਾ ਕੋਈ ਫਾਇਦਾ ਨਹੀਂ ਸਰੋਵਰਾਂ ਚ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੇ ਹਰ ਇੱਕ ਚੀਜ਼ ਨੂੰ ਸਮੇਂ ਦੇ ਸੰਬੰਧ ਵਿੱਚ ਦੇਖਣ ਦੇ ਬਜਾਏ ਉਹਨੂੰ ਨਿਸ਼ਾਨਾ ਬਣਾ ਕੇ ਸਿੱਖ ਮਨਾਂ ਦੇ ਵਿੱਚ ਸਿੱਖੀ ਦੇ ਖਿਲਾਫ ਖਿਆਲਤ ਪੈਦਾ ਕਰਨੇ ਖਾਸ ਤੌਰ ਦੇ ਉੱਤੇ ਅਮਰਤ ਸੰਸਕਾਰ ਜਿਹੜਾ ਹੈ ਤੇ ਬਾਣੀ ਆਪਾਂ ਤਾਂ ਅਕਸਰ ਕਹਿੰਦੇ ਆ ਕਿ ਜਿਹੜਾ ਬੰਦਾ ਆਪਦੇ ਇਤਿਹਾਸ ਤੇ ਆਪਦੇ ਬਾਣੀ ਨਾਲ ਟੁੱਟ ਗਿਆ ਭਈ ਉਹ ਸਿੱਖ ਧਰਮ ਤੋਂ ਟੁੱਟ ਜਾਂਦਾ ਪਰ ਇਹ ਕਹਿੰਦੇ ਜੀ ਅਮਰਤ ਛਕਣਾ ਬਹੁ ਮਾੜੀ ਗੱਲ ਆ ਬਾਣੀ ਦੀ ਪੜ ਬਾਣੀ ਪੜਨੀ ਪੜਾਉਣੀ ਬੜੀ ਮਾੜੀ ਗੱਲ ਆ ਖਾਸ ਤੌਰ ਦੇ ਉੱਤੇ ਸਾਰੀ ਦੀ ਸਾਰੀ ਜਿਹੜੀ ਚੀਜ਼ ਆ ਉਹ ਕੇਸ ਕੜਾ ਕੰਗਾ ਕਿਰਪਾਨ ਤੇ ਸਿਮਰਨ ਕਰਨ ਨੂੰ ਹਰਿਮੰਦਰ ਸਾਹਿਬ ਦੇ ਤੀਰਥ ਸਥਾਨ ਦੇ ਤੇ ਦਰਸ਼ਨ ਦਿਦਾਰੇ ਕਰਨ ਨੂੰ ਤੇ ਇਸ ਤਰੀਕੇ ਦੀ ਆ ਸਾਰੀ ਜਿਹੜੀ ਭਵ ਸਾਗਰਵਾ ਅਵਤਾਰ ਬਾਣੀ ਆ ਜਿਹੜੀ ਅਵਤਾਰ ਬਾਣੀ ਪੜ ਲਓ ਚਾਹੇ ਆਪਾਂ ਸਾਰ ਬਚਨ ਪੜ ਲਓ ਹੁਣ ਕੋਈ ਬੰਦਾ ਕਹਿ ਸਕਦਾ ਹੈਗਾ ਕਿ ਅਵਤਾਰ ਬਾਣੀ ਹੋਰਾਂ ਨੇ ਲਿਖੀ ਆ ਉਹ ਤਾਂ ਨਕਲੀ ਨਰੰਕਕਾਰੀਆਂ ਦੀ ਲਿਖਤ ਵਾ ਤੇ ਸਾਰ ਬਚਨ ਵਿਆਸ ਵਾਲਿਆਂ ਦੀ ਲਿਖਤ ਵਾ ਪਰ ਦੋਨਾਂ ਦੇ ਵਿੱਚ ਜਿਹੜਾ ਹੈਗਾ ਮੋਟੇ ਤੌਰ ਤੇ ਤੇ ਨਿਸ਼ਾਨਾ ਇਹੀ ਆ ਕਿ ਸਿੱਖਾਂ ਨੂੰ ਦੇਹਤਾਰੀ ਗੁਰੂ ਡੰਮ ਦੇ ਜਾਲ ਚ ਫਸਾਉਣਾ ਦੂਸਰੇ ਪਾਸੇ ਜਿਹੜਾ ਭਨਿਆਰੇ ਵਾਲਿਆਂ ਨੇ ਭਵ ਸਾਗਰ ਲਿਖਿਆ ਉਹਦਾ ਵੀ ਇਹੀ ਆ ਵੀ ਕਿਸੇ ਤਰੀਕੇ ਨਾਲ ਤਰੀਕਾ ਢੰਗ ਤਰੀਕਾ ਬਦਲਿਆ ਜਾ ਸਕਦਾ ਨਿਸ਼ਾਨਾ ਉਹੀ ਰੱਖਿਆ ਜਾਂਦਾ ਕਿ ਸਿੱਖਾਂ ਦੇ ਮਨਾਂ ਵਿੱਚ ਖੰਡੇਵਾਟੇ ਦੀ ਪੌਲ ਦੇ ਖਿਲਾਫ ਅਮਰਤ ਛਕਣ ਬਾਰੇ ਖਿਆਲ ਜਿਹੜੇ ਨੇ ਉਲਟ ਭਰਨੇ ਆ ਸੋ ਇਹ ਜਿਹੜੀਆਂ ਧਿਰਾਂ ਲਿਗੀਆਂ ਇਹੋ ਜਿਹੀਆਂ ਧਿਰਾਂ ਨੂੰ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੋਕੇ ਸੱਦ ਕੇ ਇੱਥੇ ਅਜ ਉਹਨਾਂ ਨੂੰ ਮਹਾਨ ਆਗੂ ਵਜੋਂ ਮਾਨਤਾ ਦੇਣੀ ਉਹਨਾਂ ਨੂੰ ਇਸ ਤਰੀਕੇ ਨਾਲ ਸੱਦ ਕੇ ਗੱਲ ਕਰਨਾ ਕਰਾਉਣਾ ਇਹ ਇੱਕ ਬਹੁਤ ਹੀ ਜ਼ਿਆਦਾ ਘਣਾਉਣੀ ਤੇ ਘਟੀਆ ਗੱਲ ਆ ਜਿੰਨੇ ਵੀ ਇਹ ਡੇਰੇ ਨੇ ਇੰਨਾ ਚੋਂ ਕਿਹੜਾ ਵਾ ਜਿਹੜਾ ਸਿੱਖੀ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ ਜੇਕਰ ਆਪਾਂ ਦੇਖਦੇ ਹਾਂ ਬਈ ਜਿਹੜੇ ਨਗਰੀ ਨਰੰਕ ਕਰੀ ਆ ਉਹ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਹੜਾ ਸਿੱਖਾਂ ਦਾ ਨਿਸ਼ਾਨਾ ਇਹਨੂੰ ਬਦਲ ਦੇਣਾ ਚਾਹੁੰਦੇ ਆ ਤੇ ਇਹਦੀ ਥਾਂ ਤੇ ਉੱਤੇ ਕੁਝ ਹੋਰ ਜਿਹੜਾ ਹੈਗਾ ਉਹ ਭਰਨਾ ਚਾਹੁੰਦੇ ਆ ਤਾਂ ਡੇਰਾ ਵਿਆਸ ਵਾਲੇ ਜਿਹੜੇ ਨੇ ਉਹ ਵੀ ਇਹੀ ਕੁਝ ਕਰਦੇ ਆ ਪੁਨਿਆਰੇ ਵਾਲੇ ਵੀ ਇਹੀ ਕੁਝ ਕਰਦੇ ਆ ਤੇ ਜਿਹੜੇ ਹੈਗੇ ਨੇ ਉਹਦੇ ਵਾਲੇ ਡੇਰਾ ਬਿਆਸ ਵਾਲੇ ਸਰਸੇ ਵਾਲੇ ਉਹ ਵੀ ਇਹੀ ਕੁਛ ਕਰਦੇ ਆ ਉਹ ਜਿਹੜੇ ਸਿੱਖ ਅਰਦਾਸ ਕਰਦੇ ਆ ਪ੍ਰਥਮ ਭਗੋਤੀ ਸਿਮਰ ਕੇ ਉਹ ਤੋਂ ਸ਼ੁਰੂ ਕਰਦੇ ਆ ਤੇ ਇਹ ਜਿਹੜੇ ਨਕਲੀ ਨਰੰਕਾਰ ਹੀ ਸੀਗੇ ਇਹਨਾਂ ਨੇ ਵੀ ਇਹ ਅਰਦਾਸ ਵਿੱਚ ਵੀ ਬਦਲਾਅ ਜਿਹੜਾ ਕੀਤਾ ਸੀ ਤੋਂ ਜਿਹੜਾ ਨਕਲੀ ਨਰੰਕਾਰੀਆਂ ਦਾ ਪ੍ਰਮੁੱਖ ਸੀਗਾ ਬੂਟਾ ਸਿੰਘ ਉਹਨੂੰ ਜਿਵੇਂ ਜਾਂ ਅਵਤਾਰ ਸੇ ਉਹਨੂੰ ਜਿਵੇਂ ਭਾਰਤੀ ਹਕੂਮਤ ਦੀ ਲੰਗੀ ਚਿੱਟੀ ਜਿਹੜੀ ਸੀਗੀ ਸਰਪ੍ਰਸਤੀ ਮਿਲੀ ਸੀਗੀ ਉਦੋਂ ਜਿਹੜੇ ਆ ਜਨ ਸੰਘੀਏ ਉਦੋਂ ਕਹਉਂਦੇ ਸੀ ਅੱਜ ਜਿਹੜੇ ਭਾਜਪਾ ਵਾਲੇ ਕਹਉਂਦੇ ਨੇ ਇਹ ਇਹਨਾਂ ਦੇ ਸਭ ਤੋਂ ਖਾਸ ਚਿਹਰੇ ਹੁੰਦੇ ਸੀ ਰਾਜ ਭਾਵੇਂ ਉਦੋਂ ਕਾਂਗਰਸ ਦਾ ਸੀਗਾ ਪਰ ਅਸਲ ਵਿੱਚ ਰਾਜ ਚਾਹੇ ਕਾਂਗਰਸ ਦਾ ਹੋ ਜਾਵੇ ਚਾਹੇ ਭਾਜਪਾ ਦਾ ਹੋ ਜਾਵੇ ਚਾਹੇ ਕਿਸੇ ਆਮ ਆਦਮੀ ਪਾਰਟੀ ਦਾ ਵੀ ਹੋ ਜਾਵੇ ਜਿਹੜੀਆਂ ਭਾਰਤ ਦੀਆਂ ਖੋਫੀਆ ਏਜੰਸੀਆਂ ਨੇ ਤੇ ਜਿਹੜਾ ਭਾਰਤ ਦਾ ਨਿਜਾਮ ਆ ਉਹਨੇ ਹਰ ਉਸ ਡੇਰੇ ਦੇ ਜਾਂ ਹਰ ਉਸ ਪੰਥ ਵਿਰੋਧੀ ਸਿਸਟਮ ਦੇ ਹੱਕ 'ਚ ਭੁਗਤਣਾ ਜਿਹੜਾ ਸਿਸਟਮ ਸਿੱਖੀ ਦਾ ਘਾਣ ਕਰ ਸਕਦਾ ਹੋਵੇ ਸੋ ਸਿੱਖ ਉਹਨਾਂ ਸਾਰੇ ਵਿਅਕਤੀਆਂ ਉਹਨਾਂ ਸਾਰੀਆਂ ਧਿਰਾਂ ਉਹਨਾਂ ਸਾਰੇ ਧੜਿਆਂ ਤੇ ਉਹਨਾਂ ਸਾਰੀਆਂ ਸੰਸਥਾਵਾਂ ਤੇ ਉਹਨਾਂ ਸਾਰੇ ਰੁਝਾਨਾਂ ਤੇ ਵਰਤਾਰਿਆਂ ਬਾਰੇ ਸੁਚੇਤ ਨੇ ਜਿਨ੍ਹਾਂ ਨੇ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਨਾਲ ਇੱਕ ਦੁਸ਼ਮਣੀ ਤੇ ਸ਼ਰੀਕੇ ਦੀ ਭਾਵਨਾ ਰੱਖੀ ਹੋਈ ਹੈ ਪਰ ਜਿਹੜੀ ਸਿੱਖਾਂ ਦੀ ਸ਼ਕਤੀ ਨੇ ਇਸ ਸਮੇਂ ਦਰਾਂ ਕੋਈ ਪੋਜਿਟਿਵਿਟੀ ਸਿਰਜਣੀ ਸੀ ਜਿਸ ਸਿੱਖਾਂ ਦੀ ਸ਼ਕਤੀ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਰਗਰਮੀ ਕਰਨੀ ਸੀ ਉਹਨਾਂ ਸਾਡਾ ਜਿਹੜਾ ਸਮਾਂ ਸਾਡਾ ਸਾਰੀ ਸ਼ਕਤੀ ਤੇ ਸਾਡਾ ਜਿਹੜਾ ਸਰਮਾਇਆ ਉਹ ਇਹਨਾਂ ਦੇ ਖਿਲਾਫ ਲੜਦਿਆਂ ਦਾ ਲੰਘ ਗਿਆ ਇਹ ਹੁਣ ਪੰਜਾਬ ਦੇ ਵਿੱਚ 6 ਡੇਰੇ ਆ ਜਿਹੜੇ ਪੁਨਿਹਾਰੇ ਵਾਲਾ ਨਕਲੀ ਨਰੰਕਰੀ ਨੂਰਮਹਿਲ ਵਾਲੇ ਕੂਕੇ ਡੇਰਾ ਬਿਆਸ ਵਾਲੇ ਤੇ ਉੱਥੇ ਵਾਲੇ ਡੇਰਾ ਸਰਸਾ ਵਾਲੇ ਤੇ ਆਪਣੇ ਪੁਨਿਹਾਰੇ ਵਾਲੇ ਇਹ ਜਿਹੜੇ 6 ਡੇਰੇ ਨੇ ਪਨੇ ਬਿਆਸ ਤੇ ਸਰਸਾ ਨੂਰਮਹਿਲ ਵਾਲੇ ਤੇ ਪੁਨਿਹਾਰੇ ਵਾਲੇ ਕੂਕੇ ਤੇ ਨਕਰੀਨ ਰੰਕਾਰੀ ਇਹ 6 ਦੇ 6 ਡੇਰੇ ਆ ਜਿਹੜੇ ਇਹਨਾਂ ਡੇਰਿਆਂ ਦਾ ਇੱਕ ਨਿਕਾਤੀ ਇੱਕ ਸਾਂਝਾ ਪ੍ਰੋਗਰਾਮ ਆ ਕਿ ਸਿੱਖਾਂ ਨੂੰ ਦੇਹਤਾਰੀ ਗੁਰੂ ਧੰਮ ਦੇ ਜਾਲ ਚ ਫਸਾਉਣਾ ਤੇ ਸ਼ਬਦ ਗੁਰੂ ਨਾਲੋਂ ਤੋੜਨਾ ਸ਼ਬਦ ਗੁਰੂ ਨਾਲੋਂ ਤੋੜਨ ਦੇ ਲਈ ਇਹਨਾਂ ਨੂੰ ਆਰਐਸਐਸ ਵੱਲੋਂ ਫੰਡਿੰਗ ਹੁੰਦੀ ਆ ਇਹਨਾਂ ਨੂੰ ਭਾਰਤੀ ਹਕੂਮਤ ਦੀ ਨੀਤੀ ਜਿਹੜੀ ਆ ਉਹਦੇ ਤਹਿਤ ਖੁਫੀਆ ਏਜੰਸੀਆਂ ਵੀ ਜਿਹੜੀਆਂ ਲਗੀਆਂ ਉਹ ਫੰਡਿੰਗ ਕਰਦੀਆਂ ਰਹੀਆਂ ਇਹ ਸਿੱਖਾਂ ਦੀ ਸਾਰੀ ਸ਼ਕਤੀ ਨੂੰ ਆਪਸ ਵਿੱਚ ਹੀ ਪਾੜਨ ਲਈ ਇੱਕ ਦੂਜੇ ਦੇ ਖਿਲਾਫ ਖੜਾ ਕਰਨ ਦੇ ਲਈ ਸਿੱਖਾਂ ਨੂੰ ਇੱਕ ਦੂਜੇ ਦੇ ਨਾਲ ਪੜਾਹਾ ਪੜਾ ਕੇ ਸ਼ਕਤੀ ਕਮਜ਼ੋਰ ਕਰਨ ਦੇ ਲਈ ਜੋ ਕੁਝ ਏਜੰਡੇ ਨਵੇਂ-ਨਵੇਂ ਜਿਹੜਾ ਆਪਾਂ ਨਿਤ ਚੜ੍ਹਦੀ ਸਵੇਰ ਨੂੰ ਸਿੱਖਾਂ ਚ ਦੇਖਦੇ ਆਂ ਨਾ ਵੀ ਆਹ ਕੀ ਹੋਇਆ ਪਿਆ ਹੁਣ ਆਹ ਹੋ ਗਿਆ ਨਵੀਂ ਇੱਕ ਗਲਤ ਫਿਲਮ ਆ ਗਈ ਆ ਜੀ ਨਵੀਂ ਕਿਤਾਬ ਆ ਗਈ ਆ ਉਹ ਸਾਰਾ ਕੁਝ ਇੱਕ ਗਿਣੀ ਮਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ 1970 ਇਹਦੇ ਪਿੱਛੇ ਮੋٹے ਤੌਰ ਦੇ ਉੱਤੇ ਜਿਹੜਾ ਕਾਰਨ ਆ ਉਹ ਇਹ ਹੈਗਾ ਕਿ 1947 ਤੋਂ ਬਾਅਦ ਹਿੰਦੂ ਜਿਹੜਾ ਹਾਕਮ ਜਦੋਂ ਬਣਿਆ ਉਹ ਸਦਾ ਹੀ ਇਸ ਖਿਆਲ ਨਾਲ ਤਰੱਕੀਆ ਰਿਹਾ ਕਿ ਸਿੱਖ ਹੋਂ ਤਾਂ ਬਿਸ਼ੱਕ ਦੀ ਖੁੰਝ ਗਿਆ ਤੇ ਮੁਸਲਮਾਨਾਂ ਵਾਂਗੂ ਆਪਦਾ ਮੁਲਕ ਜਿਹੜਾ ਪਾਕਿਸਤਾਨ ਜਿਵੇਂ ਉਹਨਾਂ ਨੇ ਸਿਰਜਿਆ ਉਵੇਂ ਇਹ ਖਾਲਸਤਾਨ ਜਿਹੜਾ ਹੈਗਾ ਨਹੀਂ ਬਣਾ ਸਕੇ ਪਰ ਕਦੇ ਨਾ ਕਦੇ ਇਹ ਖਾਲਸਤਾਨ ਲਈ ਤੁਰਨਗੇ ਇਸ ਕਰਕੇ ਪਹਿਲਾਂ ਹੀ ਇਹਨਾਂ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਕਰਵਾ ਕੇ ਇਹਨਾਂ ਨੂੰ ਆਪਸ ਵਿੱਚ ਹੀ ਲੜਨ ਭਿੜਨ ਵਿੱਚ ਉਲਝਾ ਦੇਣਾ ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਨਗਲੀ ਨਰੰਕਾਰੀ ਜਿਹੜੇ ਸੀਗੇ ਉਹ ਖੜੇ ਕੀਤੇ ਸੀ ਇਹ ਖਾੜਕੂ ਲਹਿਰ ਤੋਂ ਪਹਿਲਾਂ ਖਾਲਸਤਾਨੀ ਅੰਦੋਲਨ ਤੋਂ ਪਹਿਲਾਂ ਜਿਹੜਾ ਸੀਗਾ ਉਦੋਂ ਤਾਂ ਕੱਲੇ ਨਕਲੀ ਨਰੰਕਾਰੀ ਹੁੰਦੇ ਸੀਗੇ ਪਰ ਹੁਣ ਜਿਹੜੇ ਨੇ ਨਕਲੀ ਨਰੰਕਾਰੀ ਜਿਹੜੇ ਨੇ ਉਹ ਪਿੱਛੇ ਰਹਿ ਗਏ ਆ ਹੁਣ ਉਸ ਤੋਂ ਬਾਅਦ ਵਿੱਚ ਆਪਾਂ ਦੇਖ ਰਹੇ ਹੈਗੇ ਆ ਕਿ ਡੇਰਾ ਸਰਸਾ ਵਾਲੇ ਉਸ ਤੋਂ ਬਾਅਦ ਚ ਉੱਠ ਕੇ ਇਹ ਉੱਭਰ ਚੁੱਕੇ ਨੇ ਤੇ ਉਸ ਤੋਂ ਬਾਅਦ ਵਿੱਚ ਪੁਨਿਆਰੇ ਵਾਲੇ ਤੇ ਆ ਜਿਹੜੇ ਨੂਰ ਮਹਿਲ ਵਾਲੇ ਤੇ ਇਹ ਸਾਰੇ ਦੇ ਸਾਰੇ ਬਾਅਦ ਵਿੱਚ ਉਭਰੇ ਨੇ ਤੇ ਹਜੇ ਹੋਰ ਪਤਾ ਨਹੀਂ ਕਿੰਨੇ ਕੁ ਨਵੇਂ ਪੈਦਾ ਜਿਹੜੇ ਹੈਗੇ ਆ ਹੋਣੇ ਆ ਇਹ ਸਾਰੇ ਦੇ ਸਾਰੇ ਡੇਰੇ ਇਹ ਸਾਰੇ ਦਾ ਸਾਰਾ ਸਿਸਟਮ ਸਿੱਖ ਸ਼ਕਤੀ ਨੂੰ ਨਿੱਕੇ ਨਿੱਕੇ ਟੁਕੜਿਆਂ 'ਚ ਕਰਨ ਲਈ ਤੇ ਆਪਸ ਵਿੱਚ ਹੀ ਲੜਾਉਣ ਦੇ ਲਈ ਆਪਸ ਵਿੱਚ ਹੀ ਵੰਡਣ ਦੇ ਲਈ ਤੇ ਇਸ ਤਰੀਕੇ ਦਾ ਮਾਹੌਲ ਬਣਾ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਉੱਤੇ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਸਿੱਖ ਖਾਲਸਾ ਪੰਥ ਨੂੰ ਸਮਰਪਿਤ ਹੋਵੇ ਉਹ ਜਦੋਂ ਗੁਰਦੁਆਰੇ ਨੂੰ ਜਾਵੇ ਉਹਨੂੰ ਸਾਰੇ ਰਾਹ ਦੇ ਵਿੱਚ ਕੋਈ ਸਿੱਖਾਂ ਦਾ ਘਰ ਨਾ ਟਕਰੇ ਕੋਈ ਪੁਨਿਹਾਰੇ ਵਾਲ ਦਾ ਚੇਲਿਆਂ ਦਾ ਘਰ ਹੋਵੇ ਕੋਈ ਡੇਰਾ ਸਰਸੇ ਵਾਲਾਂ ਦੇ ਚੇਲਿਆਂ ਦਾ ਘਰ ਹੋਵੇ ਕੋਈ ਡੇਰਾ ਬਿਆਸ ਨੂੰ ਮੰਨਣ ਵਾਲੇ ਦੇ ਚੇਲਿਆਂ ਦਾ ਘਰ ਹੋਵੇ ਕੋਈ ਜਿਹੜਾ ਹੈਗਾ ਭਨੇਹਾਰੇ ਵਾਲੇ ਕੋਈ ਕੂਕਿਆਂ ਤੇ ਕੋਈ ਨਕਲੀ ਨਰੰਗਕਾਰੀਆ ਤੇ ਇਸ ਤਰੀਕੇ ਨਾਲ ਜਿਹੜੇ ਹੋਰ ਨਕਲੀ ਅਖੋਤੀ ਸਾਧ ਬਾਬੇ ਨੇ ਉਹਨਾਂ ਦੇ ਚੇਲੇ ਆਰਐਸਐਸ ਨਾਲ ਖੜੇ ਹੋਏ ਸਿੱਖ ਤੇ ਭਾਰਤੀ ਹਕੂਮਤ ਦੇ ਨਾਲ ਉਹਨਾਂ ਬਚੜ ਪੁਲਿਸੀਆਂ ਦੇ ਸਿੱਖ ਬਚੜ ਪੁਲਿਸੀਆਂ ਦੇ ਪਰਿਵਾਰ ਹੋਣ ਜਿਨ੍ਹਾਂ ਨੇ ਸਦਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੋਗਤਣਾ ਸੋ ਹਰ ਪਿੰਡ ਦੇ ਵਿੱਚ ਹਰ ਥਾਂ ਦੇ ਉੱਤੇ ਇਹੋ ਜਿਹਾ ਹੈ ਸਿੱਖ ਪੈਦਾ ਕਰ ਦੇਣੇ ਚਾਹੁੰਦੇ ਆ ਜਿਹੜੇ ਇੱਕ ਸਿੱਖ ਨੂੰ ਜਿਹੜਾ ਸੱਚਾ ਸਿੱਖ ਆ ਉਹਨੂੰ ਹਮੇਸ਼ਾ ਇੱਕ ਦਹਿਸ਼ਤ ਵਿੱਚ ਰਹਿਣਾ ਜੋਣਾ ਪਵੇ ਕਿ ਮੈਂ ਇੱਥੇ ਕਿੱਥੇ ਕੋਈ ਸਰਵਾਈਵ ਕਰ ਲੂੰਗਾ ਮੈਂ ਇੱਥੇ ਸੈਰ ਉੱਚਾ ਕਰਕੇ ਕਿਉਂ ਜੋਲੂੰ ਕਿਵੇਂ ਜੋਲੂੰਗਾ ਇਹ ਸਾਰੀਆਂ ਸਮੱਸਿਆਵਾਂ ਦਾ ਅਸਲੀ ਹੱਲ ਆ ਜਿਹੜਾ ਉਹ ਖਾਲਸਤਾਨ ਆ ਕਿਉਂਕਿ ਖਾਲਸਤਾਨ ਦੇ ਵਿੱਚ ਹੀ ਗੁਰਵਾਨੀ ਸਿੱਖ ਵਿਸ਼ਵਾਸਾਂ ਸਿੱਖ ਇਤਿਹਾਸ ਅਤੇ ਸਿੱਖ ਸੰਸਥਾਵਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਨੱਥ ਪੈ ਸਕਦੀ ਆ ਭਾਰਤੀ ਹਕੂਮਤ ਦੇ ਅਧੀਨ ਇਸ ਹਿੰਦੂ ਸਾਮਰਾਜ ਦੇ ਵਿੱਚ ਤਾਂ ਜਿਹੜੇ ਲੋਕ ਜਿਹੜੀਆਂ ਧਿਰਾਂ ਤੇ ਜਿਹੜੇ ਧੜੇ ਗਰਵਾਣੀ ਦੀ ਬੇਅਦਵੀ ਕਰਨ ਸਿੱਖ ਵਿਸ਼ਵਾਸਾਂ ਦੀ ਬੇਅਦਵੀ ਕਰਨ ਸਿੱਖ ਇਤਿਹਾਸ ਅਤੇ ਸਿੱਖ ਸੰਸਥਾਵਾਂ ਨੂੰ ਤਰੋੜ ਮਰੋੜਨ ਉਹਨਾਂ ਸਾਰਿਆਂ ਨੂੰ ਰੱਜ ਕੇ ਸਹਿ ਤੇ ਸਮਰਥਨ ਜਿਹੜਾ ਹੈਗਾ ਉਹ ਮਿਲਦਾ ਸਾਡੇ ਸਾਹਮਣੇ ਆ ਕਿ ਜਿੰਨਾ ਬੰਦਿਆਂ ਨੇ ਡੇਰਾ ਬਿਆਸ ਡੇਰਾ ਸਰਸਾ ਦੇ ਜਿੰਨਾ ਲੋਕਾਂ ਨੇ ਮਹਿੰਦਰਪਾਲ ਬਿੱਟੂ ਤੇ ਹੋਰਾਂ ਨੇ ਸ਼ਰਿਆਮ ਅਦਾਲਤ ਵਿੱਚ ਲਿਖ ਕੇ ਦਿੱਤਾ 164 ਦੇ ਬਿਆਨ ਹੋਏ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਾੜਿਆ ਅੰਗ ਅੰਗ ਕਰਕੇ ਗਲੀਆਂ ਨਾਲੀਆਂ ਤੇ ਰੂੜੀਆਂ ਦੇ ਉੱਤੇ ਉਹ ਬਰਗਾੜੀ ਪਿੰਡ ਦੇ ਵਿੱਚ ਖਲਾ ਰਿਆ ਤੇ ਇਹ ਇਕੱਲੇ ਇੱਕ ਨਹੀਂ ਦੋ ਨਹੀਂ ਉਹਨਾਂ ਸਾਰਿਆਂ ਦੇ ਬਿਆਨ ਅਦਾਲਤਾਂ ਦੇ ਵਿੱਚ ਸਬਮਿਟ ਹੋਏ ਨੇ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਇਹ ਬਿਆਨ ਬੜੇ ਢੱਲੇ ਨਾਲ ਦਿੱਤੇ ਨੇ ਮਹਿੰਦਰਪਾਲ ਬਿੱਟੂ ਉਹਨਾਂ ਲਈ ਡੇਰਾ ਸਰਸਾ ਵਾਲਿਆਂ ਦੇ ਲਈ ਬਹੁਤ ਹੀ ਅਹਿਮ ਵੱਡੀ ਉਹਨਾਂ ਦਾ ਜਰਨੈਲ ਸੀ ਉਹ ਆਮ ਬੰਦਾ ਨਹੀਂ ਸੀਗਾ ਉਸ ਮਹਿੰਦਰਪਾਲ ਬਿੱਟੂ ਦਾ ਰਤਵਾ ਇਸ ਮੋਕੇ ਉਹੀ ਸੀ ਜਿਹੜਾ 1984 ਦੇ ਮੋਕੇ ਜਨਰਲ ਬਜਦਿਆ ਦਾ ਸੀ ਉਹਨਾਂ ਦਾ ਸਭ ਤੋਂ ਚੋਟੀ ਦਾ ਉਹ ਜਰਨੈਲ ਸੀ ਜਿਹਨੇ ਅਦਾਲਤ ਵਿੱਚ ਗੱਜ-ਬੱਜ ਕੇ ਕਿਹਾ ਕਿ ਅਸੀਂ ਇਹ ਜਿਹੜਾ ਹੈਗਾ ਕੰਮ ਕੀਤਾ ਤਾਂ ਉਹ ਜਿਹੜਾ ਜਦੋਂ ਉਹਨਾਂ ਨੇ ਬੇਅਦਬੀ ਕਰ ਦਿੱਤੀ ਬੇਅਦਵੀ ਕਰਨ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਕਹਿੰਦੇ ਰੇ ਵੀ ਸੀਬੀਆਈ ਵਾਲੇ ਫੜਨਗੇ ਸੀਬੀਆਈ ਵਾਲਿਆਂ ਨੇ ਉਹਨਾਂ ਦਾ ਰਿਮਾਂਡ ਲਿਆ ਪਰ ਚਲਾਨ ਪੇਸ਼ ਨਹੀਂ ਕੀਤਾ ਜਿਸ ਕਰਕੇ ਸਾਰਿਆਂ ਦੀਆਂ ਜ਼ਮਾਨਤਾਂ ਹੋ ਗਈਆਂ ਜਦੋਂ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਤੇ ਫਿਰ ਪਤਾ ਹੀ ਨਹੀਂ ਲੱਗਿਆ 4 ਜੁਲਾਈ ਨੂੰ ਕਹਿੰਦੇ ਆ ਵੀ ਸੀਬੀਆਈ ਨੇ ਕੋਰਟ ਦੇ ਵਿੱਚ ਉਹਨਾਂ ਦੀ ਕਲੋਜ਼ਰ ਰਿਪੋਰਟ ਦਿੱਤੀ ਆ ਤੇ ਉਹ ਸਾਰੇ ਦੇ ਸਾਰੇ ਜਿਹੜੇ ਘਰੇ ਆ ਗਏ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਉਦੋਂ ਬੜਿਆਂ ਨੂੰ ਰੌਲਾ ਪਾਇਆ ਸੀ ਇਹ ਲੋਕਾਂ ਨੇ ਵੀ ਇਹ ਤੁਹਾਡੀ ਸਬੂਤ ਖਤਮ ਹੋ ਗਿਆ ਤਾਂ ਉਹਨੂੰ ਬੜਾ ਕੁਝ ਹੋ ਜਾਣਾ ਸੀ ਪਰ ਅੱਜ ਉਹਨਾਂ ਸਾਰੇ ਲੋਕਾਂ ਨੂੰ ਗੱਲ ਨਹੀਂ ਆਉਂਦੀ ਮੂੰਹ ਤੋਂ ਮੱਖੀ ਨਹੀਂ ਉੱਡਦੀ ਜਿਹੜੇ ਕਹਿੰਦੇ ਸੀਗੇ ਕਿ ਜੀ ਇਹ ਬਿੱਟੂ ਨੂੰ ਮਾਰਨਾ ਨਹੀਂ ਸੀ ਚਾਹੀਦਾ ਹੁਣ ਉਹ ਕਹਿੰਦੇ ਆ ਕਿ ਜੇਕਰ ਮਹਿੰਦਰਪਾਲ ਬਿੱਟੂ ਜਾਂਦਾ ਹੁੰਦਾ ਉਹਨੂੰ ਵੀ ਜੈਡ ਸਿਕਿਉਰਿਟੀ ਦੇ ਕੇ ਘਰੇ ਬਿਠਾਇਆ ਹੋਣਾ ਸੀ ਤਾਂ ਕਿ ਸਿੱਖਾਂ ਦੇ ਸਿਰ ਦੇ ਉੱਤੇ ਹੱਕ ਤੇ ਭਰੋਟਾ ਲਾ ਕੇ ਕਿਹਾ ਜਾ ਸਕੇ ਕਿ ਆਹ ਬੈਠਿਆ ਜਿਨ੍ਹਾਂ ਨੇ ਤੁਹਾਡੇ ਇਸਟ ਦੀ ਬੇਅਦਵੀ ਕੀਤੀ ਆ ਕਰ ਲੋ ਕੀ ਕਰਦੇ ਹੋ ਤੋ ਇਹ ਜਿਹੜੀ ਜੁਰਤ ਬੇਅਦਵੀ ਸਿੱਖਾਂ ਦਾ ਐਸਟਾ ਜਿਹੜਾ ਇਸ ਧਰਤੀ ਉੱਤੇ ਉਹ ਤਾਂ ਸੁਰੱਖਿਅਤ ਨਹੀਂ ਪਰ ਕਿਸੇ ਗਾਂ ਦੇ ਪੋਲਾ ਜਾਂ ਡੰਡਾ ਮਾਰ ਕੇ ਦੇਖ ਲਓ ਉੱਥੇ ਹੀ ਸਮਝ ਲੱਗ ਜਾਂਦੀ ਹੈ ਕਿ ਆ ਕਿ ਸਿੱਖਾਂ ਦੇ ਐਸਟ ਦੀ ਜਿਹੜੀ ਕਦਰ ਉਹ ਜ਼ਿਆਦਾ ਇਸ ਮੁਲਕ ਵਿੱਚ ਕਿ ਸਿੱਖਾਂ ਦੇ ਜਿਹੜੇ ਆਪਣੇ ਗਊ ਮਾਤਾ ਉਹਦੀ ਜਿਹੜੀ ਹੈਗੀ ਹੈ ਕਦਰ ਜ਼ਿਆਦਾ ਤੇ ਇਸ ਧਰਤੀ ਉੱਤੇ ਜਿਹੜਾ ਕੁਝ ਇਹ ਸਾਰੇ ਡੇਰੇਦਾਰ ਜਾਂ ਹੋਰ ਸਾਰਾ ਕੁਝ ਕਰਦੇ ਨੇ ਇਹਦਾ ਸੈਂਟਰੈਕਸ ਲੇਕੋ ਹੀ ਆ ਸੈਂਟਰ ਐਕਸਲ ਇੱਕੋ ਹੀ ਆ ਉਹ ਐਕਸਲ ਜਿਹੜਾ ਉਹ ਕਿੱਥੋਂ ਆ ਉਹ ਦਿੱਲੀ ਤੋਂ ਚੱਲਦਾ ਉਹ ਨਾਗਪੁਰ ਤੋਂ ਚੱਲਦਾ ਸਲਾਵਤਪੁਰੇ ਦੇ ਵਿੱਚ 2007 ਨੂੰ ਜਿਵੇਂ ਡੇਰਾ ਸਰਸਾ ਦੇ ਮੁਖੀ ਨੇ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਵਰਗੇ ਵਸਤਰ ਪਹਿਨੇ ਸੀ ਤੇ ਅੰਮ੍ਰਿਤ ਸੰਸਕਾਰ ਦਾ ਮਜ਼ਾਕ ਉਡਾਉਣ ਦੇ ਲਈ ਪੰਜ ਪਿਆਰੇ ਸਾਜਣ ਦਾ ਪਖੰਡ ਕੀਤਾ ਸੀ ਤੇ ਜਿਵੇਂ ਕਲਗੀ ਧਰ ਸ਼ਹਿਨਸ਼ਾ ਅ ਅਨੋਂ ਅਸੀਂ ਸਾਰੇ ਦਸ਼ਮੇਸ਼ ਪਿਤਾ ਕਹਿੰਨੇ ਆ ਉਵੇਂ ਆਪਦੇ ਆਪ ਨੂੰ ਪਿਤਾ ਜੀ ਕਿਹਾ ਸੀ ਤੇ ਜਿਵੇਂ ਸਿੱਖਾਂ ਨੂੰ ਖਾਲਸਾ ਪੰਥ ਦਾ ਨਾਂ ਦਿੱਤਾ ਸੀਗਾ ਤੇ ਇਹਨੇ ਡੇਰੇ ਵਾਲਿਆਂ ਨੇ ਇੰਸਾ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਸਾਰੇ ਜਿਹੜੇ ਮੇਰੇ ਚੇਲੇ ਨੇ ਡੇਰਾ ਸਰਸਾ ਦੇ ਉਹ ਇੰਸਾ ਲਿਖਿਆ ਕਰਨਗੇ ਇਹ ਹੀ ਸਾਰਾ ਕੁਝ ਕਿਸੇ ਵੇਲੇ ਜਿਹੜੇ ਸੀ ਨਕਲੀ ਨਰੰਕਾਰੀਆਂ ਨੇ ਵੀ ਕੀਤਾ ਸੀਗਾ ਪੱਟੀ ਸ਼ਹਿਰ ਦੇ ਵਿੱਚ 1972 ਦੇ ਵਿੱਚ ਤਰਨਤਾਰਨ ਜਿਹੜੇ ਚ ਪੈਂਦਾ ਉਦੋਂ ਅੰਮ੍ਰਿਤਸਰ ਜ਼ਿਲ੍ਹੇ ਚ ਸੀਗਾ ਇਹ ਪੱਟੀ ਇਥੇ ਨਕਲੀ ਨਰਾਂਕਾਰੀਆਂ ਦੇ ਪ੍ਰਮੁੱਖ ਨੂੰ ਗੁਰੂ ਗੋਬਿੰਦ ਸਿੰਘ ਵਰਗਾ ਬਾਣਾ ਪਵਾ ਕੇ ਸਿਰ ਉੱਤੇ ਛਤਰ ਝੁਲਾ ਕੇ ਪੰਜ ਛੇ ਘੋਨੇ ਪੰਜ ਘੋਨੇ ਮੋਨੇ ਬੰਦੇ ਨਾਲ ਬਿਠਾਦੇ ਵੀ ਇਹ ਪੰਜ ਪਿਆਰੇ ਨੇਗੇ ਤੇ ਇਹੀ ਸਾਰੀ ਕਰਤੂਤ ਡੇਰਾ ਸਰਸਾ ਵਾਲਿਆਂ ਨੇ 2007 ਚ ਕੀਤੀ ਜਿਹੜਾ ਕੁਛ ਡੇਰਾ ਸਰਸੇ ਵਾਲੇ ਅੱਜ ਕਰ ਰਹੇ ਨੇ ਜਾਂ ਹੁਣ ਕੀਤਾ ਆ ਉਹ ਸਾਰਾ ਕੁਛ ਪਹਿਲਾਂ ਨਕਲੀ ਨਰਾਂਕਾਰੀਆਂ ਨੇ ਵੀ ਕਰਕੇ ਦਿਖਾਇਆ ਹੋਇਆ ਤੋਂ ਇਹੋ ਜੀਆਂ ਗੱਲਾਂ ਇਹ ਸਾਰੇ ਦੇ ਸਾਰੇ ਲੋਕ ਐਵੇਂ ਨਹੀਂ ਕਰਦੇ ਇਹਨਾਂ ਨੂੰ ਇੱਕ ਖਾਸ ਤਰ੍ਹਾਂ ਦੀ ਇਹ ਜਿਹੜੀ ਸਿਹ ਦਾ ਖਾਸ ਤਰ੍ਹਾਂ ਦੀ ਮਤਵ ਆ ਉਹ ਦਿੱਤੀ ਜਾਂਦੀ ਆ ਜਿਹੜੇ ਇਹਨਾਂ ਸਾਰਿਆਂ ਨੂੰ ਚਲਾਉਣ ਵਾਲੀ ਸ਼ਕਤੀ ਆ ਉਹ ਇੱਕੋ ਥਾਂ ਤੇ ਹੋਂ ਆ ਜੇਕਰ ਤੁਸੀਂ ਡੇਰਾ ਸਰਸਾ ਦੇ ਵਰਕਿੰਗ ਉੱਤੇ ਨਜ਼ਰ ਮਾਰੋ ਤਾਂ ਤੁਸੀਂ ਦੇਖੋਗੇ ਕਿ ਇਹੀ ਸਾਰਾ ਕੁਝ ਜਿਹੜਾ ਬਾਕੀ ਡੇਰਿਆਂ ਵਾਲੇ ਵੀ ਕਰਦੇ ਆ ਜੇ ਸਿੱਖ ਧਰਮ ਨੂੰ ਟਾਰਗੇਟ ਕਰਨ ਦੇ ਲਈ ਉਹਨਾਂ ਦੀ ਇੱਕ ਸੌਖੀ ਜਿਹਾ ਤਰੀਕਾ ਵਾ ਵੀ ਜਿਹੜਾ ਕੋ ਸਿੱਖ ਵਰਤਦੇ ਆ ਉਹਦੇ ਪੈਰਲਲ ਨਵਾਂ ਥੌਟ ਦਵੋ ਜਾਂ ਸਿੱਖਾਂ ਵਾਲੀ ਚੀਜ਼ ਵਰਤੋ ਜਿਵੇਂ ਆਪਾਂ ਬਾਣੀ ਦਾ ਸ਼ਬਦ ਵਾ ਬਈ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਇਹਨਾਂ ਨੇ ਉਹਨੂੰ ਡੇਰਾ ਸਰਸਾ ਨਾਲ ਜੋੜ ਲਿਆ ਵੀ ਇਹਦਾ ਡੇਰਾ ਸਰਸਾ ਵਾ ਜਾ ਆਪਾਂ ਜਿਹੜਾ ਹੈਗਾ ਸਾਚੀ ਸਾਖੀ ਦੀ ਜਾ ਆਪਾਂ ਸੱਚੇ ਸੌਦੇ ਵਾਲੀ ਸਾਖੀ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ ਜਾਣ ਬੁੱਝ ਕੇ ਸ਼ਰਾਰਤ ਨਾਲ ਆਪਦੇ ਆਪ ਨੂੰ ਜਿਹੜਾ ਸੱਚੇ ਸੌਦੇ ਵਾਲਾ ਕਹਿਣਾ ਸ਼ੁਰੂ ਕਰਤਾ ਤੇ ਜਿਵੇਂ ਸਿੱਖ ਕਲਪਣਗੇ ਤੇ ਜੇ ਸਿੱਖ ਦਸ਼ਮੇਸ਼ ਪਿਤਾ ਸ਼ਬਦ ਵਰਤਦੇ ਸੀਗੇ ਇਹ ਆਪਦੇ ਡੇਰੇ ਦੇ ਮੁਖੀ ਨੂੰ ਪਿਤਾ ਜੀ ਕਹਿਣ ਲੱਗੇ ਜੇ ਸਿੱਖ ਜਪਜੀ ਸਾਹਿਬ ਦੇ ਆਰੰਭ ਨੂੰ ਸਿੱਖ ਮੂਲ ਮੰਤਰ ਕਹਿੰਦੇ ਆ ਇਹਨਾਂ ਨੇ ਬਰਾਬਰ ਆਪਦਾ ਮੂਲ ਮੰਤਰ ਘੜ ਲਿਆ ਤੇ ਉਸ ਮੂਲ ਮੰਤਰ ਦੇ ਸ਼ਬਦ ਨੇ ਕਿ ਸਤਿ ਪੁਰਖ ਨਿਰੰਕਾਰ ਅਕਾਲ ਪੂਰਤ ਅਬਨਾਸ਼ੀ ਸ਼ਬਦ ਸਰੂਪੀ ਰਾਮ ਤੇ ਇਹ ਕੋਈ ਬੇਅਰਥ ਜ ਉਹ ਤੇ ਇਵੇਂ ਹੀ ਜਿਵੇਂ ਸਿੱਖਾਂ ਦਾ ਜਿਹੜਾ ਮੂਲ ਮੰਤਰ ਆ ਉਹਦੇ ਬਰਾਬਰ ਮੂਲ ਮੰਤਰ ਘੜਿਆ ਤੇ ਜੇ ਸਿੱਖ ਗਰਬਾਣੀ ਦਾ ਕੀਰਤਨ ਕਰਦੇ ਆ ਤਾਂ ਇਹਨਾਂ ਨੇ ਵੀ ਮੁਕਾਬਲੇ ਤੇ ਕਵਤਾਵਾਂ ਜੀਆਂ ਲਿਖਤੀਆਂ ਤੇ ਜਦੋਂ ਪਿੰਡਾਂ 'ਚ ਇਕੱਠ ਹੁੰਦੇ ਆ ਉੱਥੇ ਉਸ ਜਿਹੜੀ ਕਿਤਾਬਾਂ 'ਚੋਂ ਪੜ੍ਹ-ਪੜ੍ਹ ਕੇ ਗਾਣੇ ਗਾਉਂਦੇ ਆ ਜਿਵੇਂ ਸਿੱਖਾਂ ਦੇ ਦੀਵਾਨ ਲੱਗਦੇ ਆ ਓਵੇਂ ਇਹਨਾਂ ਨੇ ਸਤਸੰਗ ਅੱਖਰ ਵਰਤ ਲਿਆ ਵੀ ਸਤਸੰਗ ਲਾਉਨੇ ਆ ਸੀ ਜਿਵੇਂ ਸਿੱਖਾਂ ਨੇ ਗੁਰਦੁਆਰਾ ਸਹਿਬਾਨ ਨੇ ਸਿੱਖਾਂ ਦੇ ਗੁਰਦੁਆਰਾ ਸਹਿਬਾਨ ਨੇ ਕਿ ਸਿੱਖਾਂ ਦੇ ਓਵੇਂ ਇਹਨਾਂ ਨੇ ਨਾਮ ਚਰਚਾ ਘਰ ਬਣਾ ਲੇ ਜਿੱਥੋਂ ਸਾਰੀਆਂ ਸਰਗਰਮੀਆਂ ਇਹ ਚਲਾਉਂਦੇ ਆ ਜਿਵੇਂ ਸਿੱਖ ਸੰਗਤ ਅਖਰਵਾ ਉਮੇ ਇਹ ਜਿਹੜਾ ਇਹਨਾਂ ਨੇ ਪ੍ਰੇਮੀ ਅੱਖਰ ਕੱਢ ਲਿਆ ਜਿਵੇਂ ਆਪਣੇ ਜਥੇਦਾਰ ਹੁੰਦੇ ਆ ਉਮੇ ਇਹਨਾਂ ਨੇ ਭੰਗੀ ਦਾਸ ਬਣਾ ਲੇ ਤੁਸੀਂ ਬੜੀ ਬਰੀਕੀ ਦੇ ਨਾਲ ਜੇ ਨਜ਼ਰ ਮਾਰੋ ਤਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸਿੱਖਾਂ ਦੇ ਹਰ ਸੰਕਲਪ ਹਰ ਸਿਧਾਤ ਹਰ ਰਵੈਤ ਤੇ ਹਰ ਪਰੰਪਰਾ ਦਾ ਬਦਲ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਇਹਨਾਂ ਦੇ ਮਗਰ ਲੱਗੇ ਲੋਕ ਨੇ ਉਹ ਸਿੱਖੀ ਨਾਲੋਂ ਟੁੱਟ ਜਾਣ ਪਰ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਸ਼ੁਰੂ-ਸ਼ੁਰੂ ਵਿੱਚ ਜਿਹੜਾ ਡੇਰਾ ਸਰਸਾ ਜਾਂ ਡੇਰਾ ਬਿਆਸ ਜਾਂ ਪੁਨਿਹਾਰੇ ਜਾਂ ਕਿਸੇ ਹੋਰ ਸ਼ਬਦ ਦੇਹਦਾਰੀ ਗੁਰੂ ਧੰਮ ਦੇ ਜਾਲ 'ਚ ਜਿਹੜਾ ਬੰਦਾ ਫਸਦਾ ਉਹਨੂੰ ਸ਼ੁਰੂ-ਸ਼ੁਰੂ 'ਚ ਸਮਝ ਨਹੀਂ ਲੱਗਦੀ ਹੈਗੀ ਵੀ ਮੈਂ ਕੀ ਕਰਨ ਲੱਗਿਆ ਹੋਇਆ ਜਦੋਂ ਤੱਕ ਉਹ ਉਸ ਸਾਰੇ ਚੱਕਰ 'ਚ ਫਸ ਕੇ ਸਾਰੀ ਚੀਜ਼ ਤੋਂ ਸਿੱਖੀ ਤੋਂ ਦੂਰ ਜਾ ਚੁੱਕਿਆ ਹੁੰਦਾ ਉਸ ਵੇਲੇ ਜਿਹੜਾ ਹੈਗਾ ਸਾਰਾ ਖੇਡ ਉਹ ਵਿਗੜ ਜਾਂਦਾ ਸੋ ਇਸ ਮੌਕੇ ਜਿਹੜਾ ਸਿਆਸੀ ਤੌਰ ਦੇ ਉੱਤੇ ਜੇਕਰ ਨਜ਼ਰ ਮਾਰੀਏ ਤਾ ਸਾਰੀਆਂ ਇਹ ਪਾਰਟੀਆਂ ਨੂੰ ਡੇਰਿਆਂ ਦੀ ਵੋਟ ਦੀ ਲੋੜ ਆ ਉਹ ਡੇਰਿਆਂ ਦੀ ਵੋਟ ਲੈਣ ਦੇ ਲਈ ਸਿੱਖ ਧਰਮ ਦੇ ਮੂਲ ਸੰਾਤਾ ਦੇ ਉਲਟ ਖੜੇ ਇਹਨਾਂ ਡੇਰਿਆਂ ਨੂੰ ਆਪਦੇ ਵੋਟ ਬੈਂਕ ਵਿੱਚੋਂ ਜਿਹੜੇ ਨੇ ਵਰਤਨ ਦੇ ਆਹਰ ਵਿੱਚ ਨੇ ਤੇ ਅਸੀਂ ਦੇਖ ਰਹੇ ਹੈਗੇ ਆ ਕਿ ਆਏ ਦਿਨ ਸਿੱਖ ਜਿਹੜਾ ਹੈ ਉਹ ਵੱਡੀ ਤੋਂ ਵੱਡੀ ਵਿਵਤਾ ਵਿੱਚ ਫਸਦਾ ਜਾ ਰਿਹਾ ਸਿੱਖ ਸਮਾਜ ਜਿਹੜਾ ਹੈ ਉਹ ਫਸਦਾ ਜਾ ਰਿਹਾ ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ ਸੀ ਤੇ ਇੱਥੇ ਇਕੱਲੇ ਉਹਨਾਂ ਦਾ ਮਾਨਤਾਨ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ਾਂ ਦੇ ਉੱਤੇ ਡਟ ਕੇ ਪਹਿਰਾ ਦਿੱਤਾ ਹੋਵੇ ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੈਰ ਪਾਉਣ ਵਾਲੇ ਜਿਨ੍ਹਾਂ ਨੇ ਉਸ ਦਿਨ ਤੋਂ ਬੈਰ ਪਾਇਆ ਹੋਇਆ ਬ੍ਰਾਹਮਣਵਾਦੀਆਂ ਨੇ ਜਿੱਦਣ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ ਔਰ ਉਸ ਸੋਚ ਨੂੰ ਲੈ ਕੇ ਖੜੇ ਜਿਹੜੇ ਲੋਕ ਨੇ RSS ਵਾਲੇ ਖਾਸ ਤੌਰ ਦੇ ਉੱਤੇ ਜਿਹੜੇ ਸਿੱਖਾਂ ਦੀ ਬੱਕਰੀ ਹੋਣ ਦਾ ਹਸਤੀ ਤੋਂ ਜਾਣਕਾਰੀ ਨੇ ਸਿੱਖਾਂ ਨੂੰ ਕੇਸਾਂ ਵਾਲੇ Hindu ਕਹਿੰਦੇ ਆ ਵੀ ਹੈ ਤਾਂ Hindu ਹੀ ਨੇਗੇ ਇਹ ਕੇਸ ਰੱਖ ਦਿਆ ਬਸ ਤੇ ਇਹ ਜਿਹੜੇ ਲੋਕ ਨੇਗੇ ਕੇਸਾਂ ਤਾਂ Hindu ਕਹਿਣ ਵਾਲੇ ਇਹਨਾਂ ਨੂੰ RSS ਵਾਲਿਆਂ ਨੂੰ ਸੱਦ ਕੇ ਜਿਹੜੇ ਪ੍ਰਬੰਧ ਕੇ ਦਾਵਾ ਕਰਦੇ ਆ ਕਿ ਅਸੀਂ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਆ ਇਹ ਸਿੱਖੀ ਨਾਲ ਤੇ ਸਿੱਖ ਵਿਸ਼ਵਾਸਾਂ ਨਾਲ ਧੋਖਾ ਮਾਉਣ ਵਾਲੀ ਗੱਲ ਆ ਤੇ ਅੱਜ ਜਦੋਂ ਚਰਚਾ ਚੱਲ ਰਹੀ ਆ ਕਿ ਇਹਨਾਂ ਨੇ ਡੇਰਾ ਬਿਆਸ ਵਾਲਿਆਂ ਨੂੰ ਦੇਤਾ ਹੈਗਾ ਸੱਦਾ ਪੱਤਰ ਤੇ ਨਾਲੇ ਦੇਤਾ ਹੈਗਾ ਨਕਲੀ ਨਰੰਕਕਾਰੀਆਂ ਨੂੰ ਤੇ ਸਾਫ਼ ਜਾਹਰ ਆ ਗੱਲ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਦੁਸ਼ਮਣ ਨੇ ਜਿਹੜੇ ਗੁਰਨਾਨਕ ਫਲਸਫੇ ਦੇ ਹੋਰ ਬੈਰੀ ਨੇ ਉਹਨਾਂ ਸਾਰਿਆਂ ਨੂੰ ਵੀ ਸੱਦੇ ਪੱਤਰ ਦਿੱਤੇ ਜਾਣਗੇ ਇਸ ਸਾਰੇ ਰਾਮ ਰੋਲੇ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੇ ਸੱਚੇ ਸੋਚੇ ਸਿੱਖ ਤਾਂ ਕਿਤੇ ਲੱਭਣੇ ਨਹੀਂ ਪਰ ਸੁਲਤਾਨਪੁਰ ਲੋਧੀ ਤੇ ਹੋਰ ਨਾ ਥਾਵਾਂ ਤੇ ਜਿੱਥੇ ਵੀ ਸਮਾਗਮ ਹੋਣਗੇ ਉੱਥੇ ਗੁਰਨਾਨਕ ਦੇਵ ਜੀ ਦੇ ਵੈਰੀਆਂ ਦੇ ਝੰਡੇ ਝੂਲਣਗੇ ਉਹ ਗੁਰਨਾਖ ਦੇਵ ਜੀ ਦੇ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਿੱਖ ਤਾਂ ਥਾਂ ਥਾਂ ਦੇ ਉੱਤੇ ਉਹਨਾਂ ਗਲਤ ਗੱਲਾਂ ਦੇ ਖਿਲਾਫ ਡਟੇ ਹੋਏ ਰਹਿਣਗੇ ਤੇ ਪੁਲਿਸ ਜਿਹੜੀ ਆ ਉਹਨਾਂ ਦੇ ਛਤਰਫੇਰ ਦੀ ਦਿਖੂਗੀ ਇਹ ਸਾਰੇ ਸਮੇਂ ਦੇ ਵਿੱਚ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਨਕਲੀ ਮਨੋਕਲਪਤ ਬੁੱਤ ਬਣਾ ਕੇ ਕਿਹਾ ਜਾ ਰਿਹਾ ਕਿ ਇਹ ਗੁਰਨਾਖ ਦੇਵ ਜੀ ਦੇ ਬੁੱਤ ਨੇ ਤੇ ਉਹਨਾਂ ਨੂੰ ਬੜੇ ਸਸਤੇ ਰੇਟਾਂ ਦੇ ਉੱਤੇ ਸੁਲਤਾਨਪੁਰ ਲੋਧੀ ਤੇ ਹੋਰਨਾਂ ਥਾਵਾਂ ਤੇ ਉਪਰ ਦਾ ਕੀਤਾ ਜਾਊਗਾ ਜਿਸ ਗੁਰਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਵਾ ਜਿਸ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਮੂਰਤੀਆਂ ਮਰਤੀਆਂ ਦੇ ਵਿੱਚੋਂ ਰੱਬ ਨਹੀਂ ਮਿਲਦੇ ਹੁੰਦੇ ਉਸ ਗੁਰਨਾਨਕ ਸਾਹਿਬ ਜੀ ਦੀਆਂ ਨਕਲੀ ਮਨੋਕਲਪਤ ਪੇਂਟਿੰਗਾਂ ਪਹਿਲਾਂ ਬਣਾਈਆਂ ਫੋਟੋਆਂ ਪਹਿਲਾਂ ਬਣਾਈਆਂ ਤੇ ਹੁਣ ਉਹ ਆ ਗਿਆ ਹੈਗਾ ਅਗਲਾ ਦੌਰ ਕਿ ਆ ਲੋ ਜੀ ਮੂਰਤੀਆਂ ਅਸਲ ਵਿੱਚ ਐਸ 550 ਸਾਲਾ ਜਸ਼ਨ ਮਨਾਉਣ ਦਾ ਕੇਂਦਰੀ ਨੁਕਤਾ ਇਹ ਬਣ ਕੇ ਰਹਿ ਜਾਣਾ ਕਿ ਗੁਰਨਾਨਕ ਪਾਤਸ਼ਾਹ ਜੀਓ ਤੁਸੀਂ ਕਹਿੰਦੇ ਸੀਗੇ ਕਿ ਮੂਰਤੀ ਪੂਜਾ ਬੜਾ ਮਾੜਾ ਕੰਮ ਆ ਇਹ ਤਾਂ ਕਰਮਕਾਂਡ ਆ ਅਸੀਂ ਤੁਹਾਡੇ ਸਿੱਖਾਂ ਨੂੰ ਸਾਰਿਆਂ ਨੂੰ ਇਸ ਵਾਰ ਗੁਰਨਾਨਕ ਦੇਵ ਜੀ ਤੁਹਾਡੇ ਹੀ ਬੁੱਤ ਪੂਜਣ ਲਾ ਦਿੱਤਾ ਹੈਗਾ ਸੋ ਇਹ ਜਿਹੜਾ ਐਲਾਨ ਹੈ ਇੱਕ ਟੇਢੇ ਤਰੀਕੇ ਦੇ ਨਾਲ ਹੋਣ ਜਾ ਰਿਹਾ ਇਹਦਾ ਵਿਰੋਧ ਕਰਨ ਲਈ ਜਦੋਂ ਗੁਰਨਾਨਕ ਨਾਮ ਲੇਵਾ ਤਾ ਤਾਂ ਦੇ ਉੱਤੇ ਪ੍ਰੋਟੈਸਟ ਹੋਣਾ ਤਾਂ ਇਹ ਚਾਹੀਦਾ ਇਸ ਵਾਰੀ ਕਿ ਜਿਹੜਾ ਪਿਛਲੀਆਂ ਸਦੀਆਂ ਦੇ ਵਿੱਚ ਜਾਤ ਪਾਤ ਦਾ ਜਾਂ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਮੂਰਤੀ ਪੂਜਾ ਦਾ ਜੋ ਸਿੱਖ ਸਮਾਜ ਦੇ ਵਿੱਚ ਦੁਬਾਰਾ ਦਾਖਲਾ ਹੋਇਆ ਵਾ ਇਹਦੇ ਖਿਲਾਫ ਕੋਈ ਮਹਿੰਮ ਇਹਦੇ ਖਿਲਾਫ ਕੁਝ ਐਲਾਨ ਹੋਣੇ ਚਾਹੀਦੇ ਆ ਐਲਾਨ ਤਾਂ ਇਹ ਕਰਨ ਦੀ ਲੋੜ ਆ ਕਿ ਅਸੀਂ 550 ਸਾਲਾ ਮਨਾਉਣ ਜਾ ਰਹੇ ਆ ਤੇ ਗੁਰੂ ਸਾਹਿਬਾਨ ਦਾ ਸਭ ਤੋਂ ਜਿਹੜਾ ਸਭ ਤੋਂ ਵੱਡਾ ਮਹਾਨ ਕਾਰਜ ਆ ਉਹ ਸੀ ਬ੍ਰਾਹਮਣਵਾਦੀ ਜਾਤ ਵਰਣ ਦੀ ਵੰਡ ਨੂੰ ਚੈਲੰਜ ਕਰਨਾ ਤੋਂ ਜਿੰਨਾ ਜਿੰਨਾ ਲੋਕਾਂ ਨੇ 550 ਇਹੋ ਜਿਹੇ ਜੋੜਾ ਲੱਭਿਆ ਜਾ ਸਕਦਾ ਸੀ ਜਿਨ੍ਹਾਂ ਨੇ ਜਾਤ ਅਤੇ ਵਰਣ ਦੇ ਖਿਆਲਤ ਨੂੰ ਪਾਸੇ ਰੱਖ ਕੇ ਆਨੰਦ ਕਾਰਜ ਕਰਾਏ ਹੋਣ ਵਿਆਹ ਕਰਾਏ ਹੋਣ ਤੇ ਉਹ ਖੁਸ਼ੀ ਖੁਸ਼ੀ ਬਸਦੇ ਹੋਣ ਇਹੋ ਜਿਹੇ 550 ਸਾਲਾ ਸਮਾਗਮ ਮੌਕੇ 550 ਜੋੜਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਅਨਸਾਰ ਜਿਹੜਾ ਉਹਨਾਂ ਨੂੰ ਜਦੋਂ ਉੱਚ ਜਾਤੀ ਇਹ ਕਹਿੰਦੇ ਸੀ ਕਿ ਤੁਸੀਂ ਤਾਂ ਜੀ ਨੀਵੀਂ ਜਾਤ ਵਾਲਿਆਂ ਦੇ ਨਾਲ ਉਹ ਕਹਿੰਦਾ ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੜਿਆ ਸੌਂਕਾ ਰੀਸ ਸੋ ਗੁਰਨਾਨਕ ਪਾਤਸ਼ਾਹ ਨੇ ਜਿਸ ਛੋਟੇ ਵੱਡੇ ਦਾ ਭੇਦ ਭਾਵ ਮਟਾਇਆ ਸੀ ਤੇ ਉਸ ਭੇਦ ਭਾਵ ਨੂੰ ਜਿਨ੍ਹਾਂ ਨੇ ਹੁਣ ਅਸਲ ਵਿੱਚ ਮਿਟਾ ਕੇ ਦਿਖਾਇਆ ਜਿਨ੍ਹਾਂ ਨੇ ਇਸ ਮੌਕੇ ਵਿਆਹ ਸ਼ਾਦੀਆਂ ਕਰਵਾ ਕੇ ਆਪਦੇ ਜੀਵਨ ਦੇ ਵਿੱਚ ਸਿੱਖੀ ਦੀ ਮਹਿਕ ਖਿਲਾਰੀ ਆ ਉਹਨਾਂ ਲੋਕਾਂ ਨੂੰ ਮਾਣ-ਤਾਨ ਦੇਣ ਦੀ ਲੋੜ ਆ। ਦੂਸਰੇ ਪਾਸੇ ਜਿਹੜੀ ਮੂਰਤੀ ਪੂਜਾ ਹੋਣਾ ਇਹ ਚਾਹੀਦਾ ਕਿ ਇਸ ਵਾਰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਵੇ ਕਿ ਗੁਰਨਾਨਕ ਪਾਤਸ਼ਾਹ ਦੇ ਘਰ ਵਿੱਚ ਮੂਰਤੀ ਪੂਜਾ ਦਾ ਹਮੇਸ਼ਾ ਖੰਡਨ ਕੀਤਾ ਗਿਆ ਪਰ ਪਿਛਲੇ ਲੰਮੇ ਅਰਸੇ ਤੋਂ ਦੇਖਿਆ ਜਾ ਰਿਹਾ ਕਿ ਗੁਰਨਾਨਕ ਸਾਹਿਬ ਜੀ ਦੇ ਬੁੱਤ ਬਣਾਏ ਜਾ ਰਹੇ ਨੇ ਤੇ ਹੋਰ ਗੁਰੂ ਸਾਹਿਬਾਨ ਦੇ ਵੀ ਨਕਲੀ ਮਨੋਕਲਪ ਤੋ ਫੋਟੋਆਂ ਤੇ ਪੇਂਟੀਆਂ ਤੇ ਬੁੱਤ ਬਣਾਏ ਜਾ ਰਹੇ ਨੇ ਜੋ ਕਿ ਗੁਰੂ ਘਰ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ। ਸੋ ਅੱਜ ਇਸ ਹੁਕਮਨਾਮੇ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਇਹ ਨਕਲੀ ਮਨੋਕਲਪਤ ਫੋਟੋਆਂ ਤੇ ਨਕਲੀ ਮਨੋਕਲਪਤ ਬੁੱਤਾਂ ਤੋਂ ਖਹਿੜਾ ਛਡਵਾਇਆ ਜਾਵੇ ਤੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਉੱਤੇ ਪਹਿਰਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉੱਤੇ ਪਹਿਰਾ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਪਰ ਉਲਟਾ ਇਹਦੇ ਇਹ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਖਾਂ ਦੇ ਸਾਹਮਣੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਤੇ ਹੋਰ ਜਿੱਥੇ-ਜਿੱਥੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ ਉੱਥੇ ਸਾਰੇ ਥਾਵਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਸ਼ਹਿਰ ਤੇ ਸਮਰਥਨ ਦਿੱਤਾ ਜਾ ਰਿਹਾ ਮੌਕਾ ਦਿੱਤਾ ਜਾ ਰਿਹਾ ਜਿਹੜੇ ਸਿੱਖੀ ਦੇ ਖਿਲਾਫ ਚੀਜ਼ਾਂ ਜਿਹੜੀਆਂ ਨੇ ਉਹ ਵੰਡ ਸਕਣ ਵੇਚ ਸਕਣ ਤੇ ਵੱਧ ਤੋਂ ਵੱਧ ਸਿੱਖੀ ਦਾ ਕਹਾਣ ਕਰ ਸਕਣ ਆਮ ਸਾਡੇ ਪਿੰਡੂ ਸਮਾਜ ਦੇ ਵਿੱਚ ਸਿੱਖ ਵਿਰੋਧੀ ਖਿਆਲਤਾਂ ਨੂੰ ਭਰਨ ਭਰਉਣ ਦੇ ਅੱਡੇ ਬਣ ਕੇ ਰਹਿ ਗਏ ਨੇ ਸਾਡੇ ਗੁਰਦੁਆਰਿਆਂ ਉੱਥੇ ਖੜੇ ਪ੍ਰਚਾਰਕ ਵੀ ਇਹੋ ਜਿਹਾ ਪ੍ਰਚਾਰ ਕਰਦੇ ਨੇ ਜਿਹੜਾ ਪ੍ਰਚਾਰ ਜਿਹੜਾ ਹੈ ਉਹ ਸਿੱਖੀ ਦੇ ਖਿਲਾਫ ਜਾਂਦਾ 1997 ਦੇ ਵਿੱਚ ਜਦੋਂ ਅਕਾਲੀਆਂ ਨੇ ਰਾਜ ਸੱਤਾ ਸੰਭਾੜੀ ਸੀ ਤਾਂ ਇੱਕ ਸੀਨੀਅਰ ਪੀ ਪੀਸੀ ਅਧਿਕਾਰੀ ਹੁੰਦਾ ਸੀ ਆ ਗੁਰਦੇਵਾਲ ਸਿੰਘ ਫਿੱਜੀ ਉਹਨੇ ਮੁੱਖ ਮੰਤਰੀ ਉਹਦਾ ਬਾਦਲ ਬਣੇ ਸੀ ਤੇ ਬਾਦਲ ਸਾਹਿਬ ਨੂੰ ਇੱਕ ਲਿਖਤੀ ਨੋਟ ਦਿੱਤਾ ਸੀਗਾ ਵੀ ਸੈਕਟਰੀਏਟ ਦੇ ਵਿੱਚ ਨਿਰੰਕਾਰੀਆਂ ਅਫਸਰਾਂ ਦਾ ਇੱਕ ਟੋਲਾ ਆਇਆ ਜਿਹੜਾ ਨਿਰੰਕਾਰੀਆਂ ਦੇ ਪ੍ਰਚਾਰ ਲਈ ਆਪਦੇ ਅਹੁਦੇ ਦੀ ਵਰਤੋਂ ਕਰ ਰਿਹਾ ਤੇ ਆਈਐਸ ਦੇ ਵਿੱਚ ਤਾਂ ਇੱਕ ਤਰੱਕੀ ਦਾ ਪੱਕਾ ਹੀ ਫਾਰਮੂਲਾ ਬਣ ਗਿਆ ਵੀ ਨਿਰੰਕਾਰ ਹੀ ਬਣੋ ਤੇ ਛੋਟੀਆਂ ਬਰਾਦਰੀਆਂ ਦੇ ਲੋਕਾਂ ਨੂੰ ਤਾਂ ਲੋਨ ਹੀ ਉਦੋਂ ਜਿਹੜੇ ਲੋਨ ਮਿਲਦੇ ਸੀ ਸਰਕਾਰੀ ਤੌਰ ਦੇ ਉੱਤੇ ਜਿਹੜੇ ਕਰਜ਼ੇ ਮਿਲੇ ਸੀ ਮਿਲਦੇ ਸੀ ਉਹਨਾਂ ਨੂੰ ਤਾਂ ਉਦੋਂ ਦਿੱਤੇ ਜਾਂਦੇ ਨੇ ਕਰਜ਼ੇ ਜਦੋਂ ਉਹ ਨਿਰੰਕਾਰ ਹੀ ਬਣਦੇ ਨੇ ਸੋ ਜਿਹੜੇ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਦੋਂ ਲਿਖ ਕੇ ਅਫਸਰ ਨੇ ਦੇਤੀਆਂ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਜਿਹੜੇ ਸੀਗੇ ਜਾਂ ਪੰਜਾਬ ਦੇ ਹੋਰ ਸਿੱਖ ਸੀਗੇ ਇਹਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਇੱਕ ਸਖਤ ਨੋਟਿਸ ਲਿਆ ਜਾਂਦਾ ਪਰ ਉਹਨਾਂ ਨੇ ਉਲਟਾ ਬਾਦਲਦਲ ਨੇ ਉਸ ਵੇਲੇ ਨਾਕਾਰੀਆਂ ਅਗੇ ਝੁੱਕ ਕੇ ਹਕੂਮਤ ਜਿਹੜੀ ਸੀਗੀ ਉਹ ਜਦੋਂ ਝੁੱਕ ਗਈ ਉਸ ਤੋਂ ਬਾਅਦ ਵਿੱਚ ਹੁਣ ਤਾਂ ਇਹ ਹੈਗਾ ਕਿ ਜਦੋਂ ਆ ਡੇਰਾ ਸਰਸਾ ਡੇਰਾ ਸਰਸਾ ਵਾਲਾ ਮਸਲਾ ਬਣਿਆ ਉਦੋਂ ਸਾਰਿਆਂ ਦੇ ਸਾਰੇ ਅਫਸਰਾਂ ਨੂੰ ਇਹ ਲੱਗਣ ਲੱਗ ਗਿਆ ਵੀ ਜੇਕਰ ਅਸੀਂ ਡੇਰਾ ਸਰਸਾ ਦੀ ਹਮਾਇਤ ਵਿੱਚ ਡਟੇ ਰਵਾਂਗੇ ਤਾਂ ਹੀ ਲਾਹਵ ਆਹੀ ਕਾਰਨਾਂ ਕਿ ਅੱਜ ਪੰਜਾਬ ਦੇ ਸਿੱਖਾਂ ਦੇ ਘਰਾਂ 'ਚ ਜਨਮ ਲੈਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸਿਵਲ ਦੇ ਵਿਭਾਗਾਂ ਦੇ ਵਿੱਚ ਜਿਹੜੇ ਅਫਸਰ ਨੇਗੇ ਉਹਨਾਂ ਸਾਰਿਆਂ ਨੂੰ ਇਹ ਲੱਗਦਾ ਕਿ ਜੇ ਅਸੀਂ ਸਿੱਖੀ ਦੇ ਇਹਨਾਂ ਦੁਸ਼ਮਣਾਂ ਦੇ ਖਿਲਾਫ ਕੋਈ ਸਟੈਪ ਚੱਕਿਆ ਜਿਹੜੇ ਡੇਰਾ ਸਰਸਾ ਡੇਰਾ ਬਿਆਸ ਨਰੰਗਕਾਰੀਏ ਤੇ ਹੋਰ ਸਾਰੇ ਨੇ ਜਿਹੜੇ ਗੁਰੂ ਘਰ ਦੇ ਦੁਸ਼ਮਣ ਨੇ ਜਿਹੜੇ ਗੁਰਨਾਨਕ ਦੇਵ ਜੀ ਦੇ ਸੰਦੇਸ਼ ਦੇ ਉਲਟ ਡਟੇ ਰਹੇ ਨੇ ਲੋਕ ਨੇ ਤਾਂ ਸਾਡੇ ਉੱਤੇ ਪਤਾ ਨਹੀਂ ਕੀ ਬੰਬ ਡੇਗ ਪੈਣਾ ਇਸ ਕਰਕੇ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਕਿਉਂਕਿ ਇਹ ਜਾਣਦੇ ਨੇ ਅਫਸਰਸਾਈ ਸਾਰੀ ਜਾਣਦੀ ਆ ਕਿ ਸਿਆਸੀ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਇੱਕ ਸੁਰਤਾ ਹੈ ਤੋਂ ਇਹ ਦੋਨੇ ਜਿਹੜੇ ਸਿਆਸੀ ਲੀਡਰ ਤੇ ਪੰਜਾਬ ਦੀ ਅਫਸਰ ਸਾਹੀ ਇਹ ਦੋਨੇ ਰਲ ਮਿਲ ਕੇ ਸਿੱਖੀ ਦੇ ਖਿਲਾਫ ਭੁਗਤ ਰਹੇ ਨੇ ਤੇ ਉਹ ਜਿਹੜੇ ਡੇਰਾ ਸਰਸਾ ਡੇਰਾ ਬਿਆਸ ਡੇਰਾ ਭੈਣੀ ਡੇਰਾ ਨੂਰਮੈਲ ਡੇਰਾ ਪੁਨਿਹਾਰਾ ਤੇ ਨਕਰੀ ਨਰੰਗਰਿਆਂ ਨੂੰ ਉਹਨਾਂ ਹੀ ਸਾਥ ਸਹਿਤ ਤੇ ਸਮਰਥਨ ਬਾਦਲ ਹੋਣਾ ਵੇਲੇ ਮਿਲਦਾ ਰਿਹਾ ਉਨਾ ਹੀ ਸਹਿਯੋਗ ਤੇ ਸਮਰਥਨ ਕਾਂਗਰਸ ਵੇਲੇ ਮਿਲਦਾ ਰਿਹਾ ਜੇ ਕੱਲ ਨੂੰ ਆਮ ਆਦਮੀ ਪਾਰਟੀ ਦਾ ਰਾਜ ਆ ਜਾਵੇ ਤਾਂ ਵੀ ਇਹਨਾਂ ਨੂੰ ਇਹੀ ਸਹਿਯੋਗ ਤੇ ਸਮਰਥਨ ਮਿਲਣਾ ਇਹਨਾਂ ਸਾਰਿਆਂ ਤੋਂ ਖਿਹੜਾ ਸਿਰਫ ਤੇ ਸਿਰਫ ਖਾਲਸਤਾਨ ਬਣਨ ਤੋਂ ਬਾਅਦ ਹੀ ਛੁੱਟ ਸਕਦਾ ਹਿੰਦੂ ਸਾਮਰਾਜ ਦੇ ਅਧੀਨ ਇਹਨਾਂ ਸਾਰਿਆਂ ਨੇ ਸਿੱਖਾਂ ਦੇ ਨਿੱਕੇ ਨਿੱਕੇ ਟੁਕੜੇ ਕਰਨ ਵਿੱਚ ਸਿੱਖ ਵਿਸ਼ਵਾਸਾਂ ਸਿੱਖ ਆਦਰਸ਼ਾਂ ਸਿੱਖ ਧਰਮ ਦੇ ਇਤਿਹਾਸ ਦੇ ਬਾਰੇ ਗਲਤ ਫਹਿਮੀਆਂ ਪਾਉਣ ਦੇ ਵਿੱਚ ਲੱਗੇ ਰਹਿਣਾ ਅੱਗੇ ਇਹ ਸਾਰਾ ਕੁਝ ਜਿਹੜੇ ਸੀ ਇਹ ਡੇਰੇਦਾਰ ਜਾਂ ਦੇਹਤਾਰੀ ਗੁਰੂ ਕਰਦੇ ਸੀ ਹੁਣ ਉਹਨਾਂ ਨੇ ਚੈਨਲਾਂ ਦੇ ਉੱਤੇ ਬੰਦੇ ਬਿਠਾਤੇ ਆ ਜਿਹੜੇ ਚੈਨਲਾਂ ਦੇ ਰਾਹੀਂ ਸਿੱਖ ਬੱਚਿਆਂ ਦੇ ਮਨਾਂ ਵਿੱਚ ਐਂਟੀ ਸਿੱਖ ਖਿਆਲ ਜਿਹੜਾ ਹੈ ਉਹ ਭਰਨ ਵਿੱਚ ਲੱਗੇ ਰਹਿੰਦੇ ਨੇ ਸੋ ਸਮੁੱਚੀ ਸਿੱਖ ਸੰਗਤ ਦਾ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਵਾਲਾ ਇਹ ਦੌਰ ਆ ਕੇ ਸਾਨੂੰ ਉਹਨਾਂ ਲੋਕਾਂ ਦੀ ਪਛਾਣ ਕਰਨੀ ਪਊਗੀ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਸੰਤਰੀ ਆ ਚਾਹੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਚਾਹੇ ਕਿ ਅਕਾਲ ਤਖਤ ਦਾ ਜਥੇਦਾਰ ਆ ਜਿਹੜਾ ਗੁਰਨਾਨਕ ਸਾਹਿਬ ਜੀ ਦੇ ਦੁਸ਼ਮਣਾਂ ਦੇ ਨਾਲ ਡਟ ਕੇ ਖੜਾ ਜਿਹੜਾ ਗੁਰੂ ਘਰ ਦੇ ਸ਼ਰੀਕਾਂ ਦੇ ਨਾਲ ਡਟ ਕੇ ਖੜਾ ਜਿਹੜਾ ਆਰਐਸਐਸ ਨਾਲ ਖੜਾ ਜਿਹੜਾ ਡੇਰਾ ਬਿਆਸ ਡੇਰਾ ਸਰਸਾ ਤੇ ਹੋਰ ਜਿਹੜੇ ਪੰਥਪ੍ਰੋਧੀ ਸ਼ਕਤੀਆਂ ਨੇ ਜਿਹੜੇ ਸ਼ਬਦ ਗੁਰੂ ਦੇ ਹਮੈਤੀ ਸ਼ਬਦ ਗੁਰੂ ਦੇ ਸ਼ਰੀਕ ਨੇ ਉਹਨਾਂ ਸਾਰਿਆਂ ਦੇ ਜਿਹੜੇ ਨਾਲ ਖੜੇ ਲੋਕ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਤੋਂ ਦੂਰੀ ਬਣਾਉਣੀ ਪਊਗੀ ਤੇ ਆਪਦੇ ਆਪ ਨੂੰ ਸਿੱਖੀ ਨੂੰ ਸਮਰਪਿਤ ਕਰਨਾ ਪਊਗਾ ਇਨ ਇਸ ਰਾਹ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਸਿੱਖੀ ਨੂੰ ਪਹੁੰਚਾਉਣ ਦਾ ਇਹ ਸਿੱਖਾਂ ਦੇ ਸਦਕ ਦੀ ਪਰਖ ਆ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ